वही बुआ है जड़ा पहला उन्हां दे जन्म दे वेले इत्थे सीगा। उपर भी तुसी देख सकते हो कि हजे भी जड़े बाले जड़े हैगे बालियां दी छत है। हुण खुशी हुंदी है सानू तां वी चल उहदी यादगिरी अजे अजे रखी बैठे असीं। असीं तां ही नहीं असीं इहनूं टांदे नहीं गए। असीं आना जिन्ना चिर आपदी उमर हैगी है चल उन्ना चिर अजे चली जांदा कम है ना। ਤੁਹਾਡੇ ਚਾਚੇ ਦੇ ਬੇਟੇ ਆ ਜਾਂ ਤੁਸੀਂ ਚਾਚੇ ਦੇ? ਮੈਂ ਚਾਚੇ ਦਾ ਬੇਟਾ ਹਾਂ। ਅੱਛਾ ਠੀਕ ਹੈ। ਕਿੰਨੇ ਜਿਹੜੇ ਭਰਾ ਮਤਲਬ ਤੁਹਾਡੇ ਚਾਚੇ ਤਾਂ ਇਹ ਕਿੰਨੇ ਸੀਗੇ ਜਿਹੜੇ? ਮੇਰੇ ਡੈਡੀ ਦੇ ਦੋ ਭਾਈ ਸੀਗੇ। ਅੱਛਾ। ਤੇ ਅਸੀਂ ਉਧਰ ਤਿੰਨ ਬਾਈ ਵਰਗੇ ਦੋ ਆਏ। ਉਹਨੇ ਮੈਨੂੰ ਫੋਨ ਲੈ ਕੇ ਦਿੱਤਾ ਸੀ। ਅੱਛਾ। ਆ ਰਿਹਾ ਉਹਦੀ ਨਿਸ਼ਾਨੀ ਹੈ। छोटे हुंदे शरारत की करदे सी? शरारत नहीं करदा सी ओह। पाठ पूजा सोहणियां गल्लां करदा खेत जांदा ਤੇ ਖੇਤੋਂ ਘਰੇ ਆ ਜਾਂਦਾ ਤੇ ਘਰੇ ਸੋਹਣੀਆਂ ਗੱਲਾਂ ਕਰਦਾ। ਇੱਕ ਵਾਰੀ ਅਸੀਂ ਦੋਨੇ ਇਹ ਵੇਖਣ ਲੱਗ ਗਏ ਹੱਥ ਦੀਆਂ ਲਕੀਰਾਂ ਵੇਖਣ ਲੱਗ ਗਿਆ ਤੇ ਸਾਡੇ ਗਿਆਨ ਚੰਦ ਮਾਸਟਰ ਹੁੰਦੇ ਸੀ ਉਹ ਕਹਿੰਦਾ ਸਾਨੂੰ ਮੈਂ ਵਿਖਾਉਣਾ ਤੁਹਾਨੂੰ ਲਕੀਰਾਂ ਦੋ ਦੋ ਡੰਡੇ ਲਾਏ ਬਸ। ਬਹੁਤ ਮੋਹਲਾ ਜਵਾਕ ਸੀ ਬਹੁਤ ਮੋਹ ਕਰਦਾ ਸੀ ਆਪਣਾ ਤਾਂ ਮਾਂ ਨਾਲੋਂ ਵੱਧ ਸਮਝਦਾ ਸੀ ਮਾਸੀ ਨੂੰ। ਨਹੀਂ ਹੁੰਦਾ ਹੀ ਹੈ ਮਾਸੀ ਦਾ ਤਾਂ ਫਿਰ ਮਾਂ ਤੋਂ ਵੱਧ ਜਿਹੜਾ ਹਾਂ ਤਾਂ ਬਹੁਤ ਵਧੀਆ ਸੀ ਭਾਈ। ਸਰ ਜਦੋਂ ਇੱਥੇ ਆਉਂਦੇ ਆ ਮਾਨ ਸਾਹਿਬ ਆ ਕੇ ਨਤਮਸਤਕ ਜ਼ਰੂਰ ਹੁੰਦੇ ਆ ਆ ਕੇ ਉਹ ਇਸ ਮਿੱਟੀ ਨੂੰ ਆਪਦੇ ਮੱਥੇ ਨਾਲ ਲਾ ਕੇ ਅਤੇ ਇੱਥੋਂ ਉਹ ਲੰਘਦੇ ਆ। ਅਸੀਂ ਜਦੋਂ ਮੈਂ ਬਹੁਤ ਮਤਲਬ 10-12 ਸਾਲ ਤੋਂ ਇੱਥੇ ਜੋਬ ਦੇ ਵਿੱਚ ਸੀ ਪਹਿਲਾਂ ਅਤੇ ਮੈਨੂੰ ਪਤਾ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕਦੇ ਉਹਨਾਂ ਦੇ ਵਿੱਚ ਹੰਕਾਰ ਵਾਲੀ ਗੱਲ ਨਹੀਂ ਕੋਈ ਐ ਪ੍ਰੇਮ ਭਾਵ ਨਾਲ ਆ ਕੇ ਕਈ ਵਾਰੀ ਮਿਲ ਕੇ ਵੀ ਜਾਂਦੇ ਹੈ। ਅਤੇ ਇਹਨਾਂ ਦੇ ਬਾਰ 'ਚ ਮੇਰਾ ਅੰਗੂਠਾ ਆ ਗਿਆ ਮੈਂ ਰੋਣ ਲੱਗ ਗਿਆ ਜਵਾਕ ਸੀਗਾ ਨਾਲੇ ਮੈਨੂੰ 100 ਰੁਪਈਆ ਦਿੱਤਾ ਠੀਕ ਹੈ ਅਤੇ ਨਾਲੇ ਵਰਾਇਆ। ਜਿਵੇਂ ਪਹਿਲਾਂ ਚੰਗਾ ਨਹੀਂ ਸਮਝਦੇ ਸੀਗੇ ਕਹਿੰਦੇ ਆ ਸਾਡੇ ਨਚਾਰ ਕਿੱਧਰੋਂ ਜੰਮ ਪਿਆ ਹਾਂਜੀ ਅਤੇ ਪਰ ਐਂ ਕੀ ਪਤਾ ਹੀ ਐਡਾ ਨਾਮੀ ਗਾਇਕ ਬਣੂਗਾ। ਹਾਂ ਅਤੇ ਉਹਨੇ ਕਦੋਂ ਇੱਥੋਂ ਲੀੜੇ ਪਾਲੇ ਆਪਣੇ ਸਾਧਾਂ ਵਾਲੇ ਅਤੇ ਘਰ ਜਾ ਕੇ ਅਤੇ ਉਦੋਂ ਖੈਰ ਮੰਗੀ ਮਾਤਾ ਜੀ ਖੈਰ ਪਾਓ ਤੋ ਮੰਨ ਲਾ ਵੀ ਉਹਦੀ ਮਾਤਾ ਕਦੋਂ ਖੈਰ ਪਾਉਣ ਲੱਗੀ ਆਖੇ ਮਾਤਾ ਜੀ ਤੁਹਾਡੀ ਆਖੇ ਮੈਂ ਖੁੱਲ੍ਹੀ ਫਿਰਦੀ ਹਾਂ ਨਹੁਰੇ 'ਚ ਅਤੇ ਮੈਂ ਖੋਲ੍ਹ ਕੇ ਗਿਆ ਸੀ ਆਪ ਹੀ ਖੋਲ੍ਹ ਕੇ ਗਿਆ ਸੀ ਅਤੇ ਕਦੋਂ ਉਹਨੇ ਆਖਿਆ ਮੈਂ ਖੁੱਲ੍ਹੀ ਫਿਰਦੀ ਆ ਅਤੇ ਕਦੋਂ ਆਏ ਨਹੁਰੇ 'ਚ ਮੈਂ ਵੇਖੀ ਵੀ ਇਹ ਸਾਧ ਜਾਨੀ ਜਾਣਾ ਉਦੋਂ ਗਾਂਹ ਟੱਪ ਕੇ ਪਤਾ ਲੱਗਿਆ ਵੀ ਇਹ ਆਪਣਾ ਹੀ ਆ। ਹਾਂ ਫਿਰ ਉਹ ਮੰਨ ਲਾ ਵੀ ਉਹਨਾਂ ਨੇ ਕਹਿ ਤਾ ਪਰਿਵਾਰ ਨੇ ਵੀ ਤੂੰ ਜਾ ਗਾ ਫਿਰ ਨਹੀਂ ਰੋਕਦੇ ਤੈਨੂੰ। ਨਿੱਕਾ ਹੁੰਦਾ ਇੱਕ ਤਾਂ ਪਤਲਾ ਬਹੁਤ ਸੀ ਬਹੁਤ ਡੱਕੇ ਵਰਗਾ ਪਤਲਾ ਪੂਰਾ ਬਰੀਕ ਸਾਰਿਆਂ ਨੂੰ ਕਹਿੰਦੇ ਸੀ ਕੁਛ ਖਾਂਦਾ ਨਹੀਂ ਪੀਂਦਾ ਨਹੀਂ ਕਮਜ਼ੋਰ ਬਹੁਤ ਸੀ ਸ਼ਰਾਰਤੀ ਬਹੁਤ ਸੀ ਸ਼ੁਰੂ ਦਾ ਹੀ ਨਿੱਕਾ ਹੁੰਦਾ ਹੀ ਅਤੇ ਸਾਡੀ ਵੱਡੀ ਦਾਦੀ ਇਹਨੂੰ ਬਥੇਰਾ ਇਹਨੂੰ ਕੁੱਟਮਾਰ ਕਰਦੀ ਇਹਨੂੰ ਵੀ ਤੂੰ ਖਾ ਪੀ ਲੈ ਕੁਛ ਜੇ ਕੁਛ ਇਹਨੂੰ ਖਾਣ ਨੂੰ ਦਿੰਦੇ ਵੀ ਆਹ ਖਾ ਲਾ ਅਤੇ ਖਾਂਦਾ ਪੋਪਲਾ ਬਣਾ ਕੇ ਰੋਟੀ ਦਾ ਅਤੇ ਬਾਹਰ ਨੂੰ ਭੱਜ ਜਾਂਦਾ ਸੀ ਅਤੇ ਫਿਰ ਬਾਹਰੋਂ ਆ ਕੇ ਅਤੇ ਅੱਧੀ ਕੁ ਖਾ ਕੇ ਅੱਧੀ ਕੁ ਖਲ ਦੀ ਬੁਰੀ 'ਚ ਲੁਕੋ ਜਾਂਦਾ ਸੀ ਜਾਂ ਵੜੇਵਾਂ ਦੀ ਬੁਰੀ 'ਚ ਲੁਕੋ ਹੁੰਦਾ ਸੀ ਉਹ ਵਜੋਂ ਸ਼ਾਮ ਨੂੰ ਦਾਦੀ ਵੜੇਵਾਂ ਨੂੰ ਪਸ਼ੂਆਂ ਨੂੰ ਪਾਉਂਦੇ ਆਪਣਾ ਚਾਰਾ ਪਾਉਂਦੇ ਜਾਂ ਪੱਠੇ ਪਾਉਂਦੇ ਤਾਂ ਵਿੱਚੋਂ ਰੋਟੀ ਅੱਧੀ ਨਿਕਲ ਆਉਂਦੀ ਫਿਰ ਇਹਦੇ ਕੁੱਟ ਪੈਂਦੀ। ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਅਤੇ ਮੈਂ ਅਵਤਾਰ ਸਿੰਘ। ਪੰਜਾਬੀ ਦਾ ਇੱਕ 1980 ਦੇ ਦਸ਼ਕ 'ਚ ਗਾਣਾ ਬੜਾ ਮਕਬੂਲ ਹੋਇਆ ਦਿਲ ਦਾ ਮਾਮਲਾ ਹੈ ਤੁਸੀਂ ਆਪੇ ਜਾਣਗੇ ਹੋਵੋਗੇ ਕਿ ਕਿੰਨਾ ਦਾ ਗਾਇਆ ਹੈਗਾ ਮੁਹਤਾਜ ਨਹੀਂ ਹੈ ਕਿ ਉਹਨਾਂ ਦਾ ਪਰਿਚੇ ਦਿੱਤਾ ਜਾਵੇ ਗੁਰਦਾਸ ਮਾਨ ਬਿਲਕੁਲ ਅਸੀਂ ਅੱਜ ਉਹਨਾਂ ਦੇ ਹੀ ਜੱਦੀ ਪਿੰਡ ਗਿੱਦੜਵਾ ਪਹੁੰਚੇ ਹੈ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦਾ ਜਿਹੜਾ ਪੁਰਾਣਾ ਘਰ ਸੀਗਾ ਜਿੱਥੇ ਉਹ ਜਨਮੇ ਉਸ ਤੋਂ ਬਾਅਦ ਉਹਨਾਂ ਨੇ ਕਰੀਬ 20-22 ਸਾਲ ਦਾ ਜਿਹੜਾ ਹੈਗਾ ਅਰਸਾ ਇੱਥੇ ਬਿਤਾਇਆ ਹੈਗਾ।
अज बेशक ये घर के जोड़े रहने वाले है वो होर लोग ने, लेकिन उन्होंने यादा उन्होंने संभाल के रखे है। तुहानू दिखावांगे अते अंदर भी लैके चलांगे कि किस तरह का सीगा उन्होंने घर जिथे वह जन्मे, तो उस तों बाद अज पूरे विश्व पद्धर से जोड़े मशहूर होए है, लोगों का प्यार मिले हैगा। असी तुहानू अंदर लैके चलते हैं। यही उही बूआ है जिहड़ा पहला उन्होंने जन्म के वेले इत्थे सीगा। तुहानू दिखा रही है कि गेट जिहड़ा हैगा बूआ लकड़ का हैगा, उसनू ये मकान जो वेचा गया है उन्होंने होर बदलाव जरूर किया है, लेकिन उन्होंने याद जी ताज़ी रहे, लोग उन्होंने देखन कि बचपन उन्होंने कितने बीतया, किस तरह का घर सेगा। ये उही बूह है, उपर भी तुसी देख सकते हो कि हजे भी जोड़े बाले जड़े है, बालों की छत है। पिछे का जोड़ा हिस्सा हैगा ये जोड़ा इतने पुराना सगा, उसनों इतने बदल दिता गया, उसारी नवी की गई है, कमरे फर्श जरूर लगे ने, लेकिन जोड़ा इतों जो आप गेट के अंदर आने हैं तो वह उ है जिहड़ा गुरदास मान का जिहड़ा पुराना घर से जिथे वह जन्मे, उस तो बाद उन्होंने अपना जीवन जिहड़ा है इत्थे कई साल जिहड़े बिताए है। जिन्हां नूं यह मकान बाद च वेचिया गया है वो भी है, वो भी उन्होंने गुरदास मान की जिहड़ी याद नूं इत्थे ताज़ा रखने वास्ते उन्होंने इस गेट नूं नहीं बदले, ना ही कोई होर कोई बदलाव किया है। वह भी साडे नाल है, उन्हां दे नाल भी गलबात करांगे, अते पिंड दे लोकां दे नाल भी गलबात करांगे कि किस तरह का उन्हों का बचपन सेगा, किस तरह की शरारता वो करते होंगे सी, कि उन्होंने लगता सीगा कि कदे वो इन्ने नामी जड़े गायक बन सकते हैं। साढ़े नाल इत्थे मौजूद है जिन्हों का घर उन्होंने लिया गया, इन्हों दे नाल गल करते हैं कि है कि नाम की है जी तुहाडा? निर्मला देवी। अच्छा, हाँ जी। तो तुसी ये मकान कितों लिया सीगा जिहड़े इत्थे कहिंदे कि गुरदास मान इत्थे जन्मे? हाँ जी, असीं उदों थोड़ा चिर ही होया सी जदों मेरा बच्चा हो गया 30-35 साल इत्थे आया नूं। क्यों, किन्नी उम्र सी उदों गुरदास मान जी उहनां दी? ਹੋਏਗੀ ਜੀ 30-25-30 ਸਾਲ ਦੀ ਉਮਰ, ਇੰਨੀ ਤਾਂ ਹੈਗੀ ਸੀ ਬਸ। ਹਾਂ, ਇੰਨੀ ਉਮਰ ਹੈਗੀ ਸੀ। ਉਦੋਂ ਬਾਅਦ ਫਿਰ ਇੱਕ ਦੋ ਵਾਰ ਆਏ ਨੇ ਇੱਥੇ ਸ਼ੂਟਿੰਗ ਕਰਨ ਵਾਸਤੇ, ਇੱਥੋਂ ਬਣਾ ਕੇ ਲਗਾਏ ਨੇ ਪਿਕਚਰ ਪੁਕਚਰ। ਹੁਣ ਵੀ ਆਉਂਦੇ ਰਹਿੰਦੇ ਨੇ, ਜਿਹੜੇ ਬਾਹਰੋਂ ਮੁਲਾਜ਼ਮ ਆਉਂਦੇ ਨੇ ਲੈ ਜਾਂਦੇ ਨੇ ਬਣਾ ਕੇ। ਅੱਛਾ, ਤੇ ਆਉਂਦੇ ਲੋਕ ਦੇਖਣ ਆਉਂਦੇ? ਹਾਂਜੀ ਆਉਂਦੇ ਨੇ, ਫਿਰ ਆਉਂਦੇ ਨੇ, ਪੁੱਛਦੇ ਨੇ, ਫਿਰ ਉਹਨਾਂ ਨੂੰ ਜਿਹੜੇ ਖੂਹ 'ਤੇ ਬੈਠੇ ਨੇ ਬਜ਼ੁਰਗ ਉਹਨਾਂ ਨੂੰ ਵੀ ਪੁੱਛਦੇ ਨੇ, ਫਿਰ ਉਹ ਸਾਰਾ ਦੱਸਦੇ ਨੇ। ਹਾਂਜੀ। ਅਤੇ ਕਿਵੇਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜਦੋਂ ਲੋਕ ਆਉਂਦੇ ਜਾਂ ਮਤਲਬ ਇੱਕ ਨਾਮੀ? ਖੁਸ਼ੀ ਹੁੰਦੀ ਹੈ ਨਾ ਜੀ, ਵੀ ਆਹ ਤਾਂ ਬੱਚੇ ਦੇ ਪਿੱਛੇ ਆਉਂਦੇ ਨੇ, ਹੁਣ ਖੁਸ਼ੀ ਹੁੰਦੀ ਹੈ ਸਾਨੂੰ ਤਾਂ ਵੀ ਚੱਲ ਉਹਦੀ ਯਾਦਗਿਰੀ ਅਜੇ ਅਜੇ ਰੱਖੀ ਬੈਠੇ ਅਸੀਂ। ਅਸੀਂ ਤਾਂ ਹੀ ਹੋਣੀ, ਅਸੀਂ ਇਹਨੂੰ ਢਾਂਦੇ ਨਹੀਂ ਗਏ, ਅਸੀਂ ਆਹ ਜਿੰਨਾ ਚਿਰ ਆਪਦੀ ਉਮਰ ਹੈਗੀ ਹੈ ਚੱਲ ਉਨਾ ਚਿਰ ਅਜੇ ਚੱਲੀ ਜਾਂਦਾ ਕੰਮ, ਹੈ ਨਾ। ਕਿਵੇਂ ਸੀ ਸੁਭਾਅ, ਕਿਵੇਂ ਸੀਗਾ? ਠੀਕ ਸੀ ਸੁਭਾਅ, ਸਾਰਿਆਂ ਨੂੰ ਇਹ ਦਾਦੀ ਇੱਥੋਂ ਪੋਤਰਾ ਲੱਗਦਾ ਹੈ, ਸਾਰੇ ਇੱਥੋਂ ਠਾਕਰਾਂ ਦੇ ਘਰੇ, ਠਾਕਰਾਂ ਦਾ ਮਹੱਲਾ ਸਾਰਾ, ਮਾਨਾਂ ਦੇ ਘਰ ਨੇ ਸਾਰੇ ਜੀ, ਕੋਈ ਚਾਚਾ ਹੈ, ਕੋਈ ਤਾਇਆ ਹੈ, ਕੋਈ ਭਤੀਜਾ ਹੈ, ਕੋਈ ਕਿਵੇਂ ਆ, ਸਾਰਿਆਂ ਦੇ ਐਵੇਂ ਸਾਰੇ ਰਿਸ਼ਤੇਦਾਰੀ। ਹਾਂਜੀ। ਤੁਸੀਂ ਫਿਰ ਕਿੱਥੇ ਰਹਿੰਦੇ ਸੀਗੇ ਜਦੋਂ ਇਸ ਤੋਂ ਪਹਿਲਾਂ? ਅਸੀਂ ਪਹਿਲਾਂ ਕੋਟ ਭਾਈ ਰਹਿੰਦੇ ਸੀ। ਹਾਂਜੀ, ਕੋਟ ਭਾਈ ਤੋਂ ਫਿਰ ਅਸੀਂ ਇੱਥੇ ਆਣ ਕੇ ਮਕਾਨ ਲੈ ਲਿਆ, ਪਿੱਛਾ ਤਾਂ ਸਾਡਾ ਮਕੇਰੀਆਂ ਦਾ ਜੀ। ਹਾਂਜੀ, ਅਸੀਂ ਉੱਧਰ ਮੁਲਾਜ਼ਮ ਸੀ ਪਹਿਲਾਂ ਬਿਜਲੀ ਬੋਰਡ 'ਚ, ਫਿਰ ਅਸੀਂ ਇੱਥੇ ਆਣ ਕੇ ਮਕਾਨ ਬਣਾ ਲਿਆ ਸੀ। ਹਾਂਜੀ ਹਾਂਜੀ। ਮਾਨ ਸਾਹਿਬ ਦੇ ਬ੍ਰਦਰ ਚਾਚੇ ਦੇ ਬੇਟੇ ਵੀ ਸਾਡੇ ਨਾਲ ਹੈ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਹੈਗਾ। ਨਹੀਂ, ਕੀ ਨਾਮ ਕੀ ਹੈ ਬਾਈ ਜੀ? ਹਰਮੀਤ ਸਿੰਘ ਜੀ। ਅੱਛਾ, ਤੇ ਤੁਹਾਡੇ ਚਾਚੇ ਦੇ ਬੇਟੇ ਆ ਜਾਂ ਤੁਸੀਂ ਚਾਚੇ ਦੇ? ਮੈਂ ਚਾਚੇ ਦਾ ਬੇਟਾ ਜੀ। ਅੱਛਾ, ਠੀਕ ਹੈ। ਕਿੰਨੇ ਜਿਹੜੇ ਭਰਾ ਮਤਲਬ ਤੁਹਾਡੇ ਚਾਚੇ ਤਾਂ ਇਹ ਕਿੰਨੇ ਸੀਗੇ ਜਿਹੜੇ? ਮੇਰੇ ਡੈਡੀ ਦੇ ਦੋ ਭਾਈ ਸੀਗੇ। ਅੱਛਾ, ਤੇ ਅਸੀਂ ਉਧਰ ਤਿੰਨ ਬਾਈ ਵਰਗੇ ਦੋ ਹੋਏ। ਨਹੀਂ ਤਾਂ ਕਿਵੇਂ ਜਦੋਂ ਛੋਟੇ ਸੀ ਉਦੋਂ ਖੇਡਦੇ ਸੀ ਇਕੱਠੇ? ਕੀ ਮੇਨ ਕੀ ਖੇਡਦੇ ਹੁੰਦੇ ਸੀ ਉਦੋਂ? ਤਾਂ ਖੇਡਾਂ ਵੀ ਨਹੀਂ, ਅਸੀਂ ਤਾਂ ਬਾਹਲੇ ਛੋਟੇ ਹਾਂ ਇਹਨਾਂ ਤੋਂ। ਹੈ, ਅਸੀਂ ਤਾਂ ਛੋਟੇ ਹਾਂ ਜੀ, ਬਾਹਲੇ ਛੋਟੇ ਹਾਂ। ਠੀਕ ਹੈ। ਸਾਡੇ ਨੂੰ ਪਹਿਲਾਂ ਹੀ ਉੜ ਗਏ ਸੀਗੇ ਸਾਡੇ ਜਨਮ ਵੇਲੇ। ਅੱਛਾ, ਉਦੋਂ ਪਟਿਆਲੇ ਜਾ ਵੜੇ ਸੀਗੇ ਉਹ। ਠੀਕ ਹੈ। ਆਹੀ ਘਰ ਸੀ ਜਦੋਂ ਇਸ ਤੋਂ ਬਾਅਦ ਹੀ ਜਿਹੜੇ ਪਟਿਆਲੇ? ਹਾਂਜੀ 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 ਹਾਂਜੀ। ਤੁਸੀਂ ਘਰ ਕਿੱਥੇ ਸੀ ਤੁਹਾਡੇ ਫਾਦਰ ਸਾਹਿਬ ਤੋਂ? ਤੁਹਾਡੇ ਇਕੱਠੇ ਜਿਹੜੇ ਇਕੱਠੇ ਸੀਗੇ? ਹਾਂਜੀ, ਇਕੱਠੇ ਸੀ। ਹਾਂਜੀ, ਪੂਰਾ ਪਰਿਵਾਰ ਜੀ। ਅੱਛਾ, ਤੇ ਫਿਰ ਕਿਵੇਂ ਮਹਿਸੂਸ ਹੁੰਦਾ ਕਿ ਮਾਨ ਸਾਹਿਬ ਇੰਨੇ ਉੱਚੇ? ਜਿਹੜਾ ਬਹੁਤ ਵਧੀਆ ਲੱਗਦਾ ਜੀ। ਮੇਰੇ ਖਿਆਲ ਬੱਚਿਆਂ ਨੂੰ ਤਾਂ ਪਤਾ ਨਹੀਂ ਹੋਣਾ, ਹੈ ਨਾ? ਨਾ, ਇਹਨਾਂ ਨੂੰ ਤਾਂ ਨਹੀਂ ਪਤਾ ਹੈਗਾ। ਹਾਂ, ਇਹਨਾਂ ਨੂੰ ਨਹੀਂ ਪਤਾ ਜੀ। ਅੱਛਾ, ਕੀ ਨਾਮ ਕੀ ਹੈ ਤੁਹਾਡਾ? ਬਵਨੀਤ। ਅੱਛਾ, ਤੇ ਜਾਣਦੇ ਹੋ ਕਿ ਗੁਰਦਾਸ ਮਾਨ ਜੀ ਦਾ ਘਰ ਜਿਹੜਾ ਇੱਥੇ? ਹਾਂਜੀ, ਜਾਣਦੇ ਹੀ, ਸੁਣਦੇ ਰਹਿੰਦੇ ਹੀ ਸਾਰਿਆਂ ਤੋਂ। ਅੱਛਾ, ਤੁਹਾਡੇ ਹੁੰਦੇ ਆਏ ਇੱਥੇ ਜਦੋਂ ਤੁਸੀਂ ਦੇਖਿਆ ਉਹਨਾਂ ਨੂੰ? ਹਾਂਜੀ। ਅੱਛਾ, ਆਉਂਦੇ ਆ, ਮਿਲ ਕੇ ਜਾਂਦੇ, ਸਭ ਨੂੰ ਹੀ ਮਿਲਦੇ ਹੀ ਉਹ ਤਾਂ। ਕਿਵੇਂ ਕੀ ਨੇਚਰ ਕਿਵੇਂ ਉਹਨਾਂ ਦੀ? ਕੂਲ ਹੀ ਹੈ ਉਹਨਾਂ ਦਾ ਨੇਚਰ ਤਾਂ। ਅੱਛਾ, ਹਾਂਜੀ। ਨਹੀਂ ਤਾਂ ਉਹ ਲੱਗਦਾ ਕਿ ਕਦੇ ਜਦੋਂ ਸਟੇਜਾਂ 'ਤੇ ਗਾਉਂਦੇ ਹੈਗੇ ਅਤੇ ਉਹ ਸ਼ਖਸ ਜਿਹੜਾ ਹੈਗਾ ਬਿਲਕੁਲ ਸਾਹਮਣੇ ਆ ਜਾਏ ਕੋਈ, ਅਤੇ ਅਜੀਬ ਜਿਹਾ ਲੱਗਦਾ ਇੱਕ? ਨਹੀਂ, ਸਾਨੂੰ ਨਹੀਂ ਅਜੀਬ ਲੱਗਦਾ, ਕਿਉਂਕਿ ਉਹਨਾਂ ਨੇ ਕਦੀ ਆਪਦੀ ਹੋਬੀ ਨੂੰ ਜਾਂ ਕੁਛ ਵੀ ਉਹਨਾਂ ਨੇ ਸਾਹਮਣੇ ਕਰੈਕਟਰ ਨੂੰ ਫੀਲ ਨਹੀਂ ਕੀਤਾ, ਆਪਦੇ ਆਪ ਨੂੰ ਮੇਨ ਇਨਸਾਨ ਹੀ ਮੰਨਿਆ।
ਇੱਥੋਂ ਅਸੀਂ ਸ਼ੁਰੂਆਤ ਕੀਤੀ ਹੈ ਉਸ ਗੇੜੇ ਦੀ ਜਿਹਦੇ ਵਿੱਚ ਤੁਹਾਨੂੰ ਦਿਖਾਇਆ ਜਾਵੇਗਾ ਕਿ ਨਾਮੀ ਗਾਇਕਾਂ ਦੀ ਜਿਹੜੀ ਜ਼ਿੰਦਗੀ ਹੈਗੀ ਕਿੱਥੋਂ ਸ਼ੁਰੂ ਹੋਈ ਹੈ, ਬਚਪਨ ਕਿਵੇਂ ਬੀਤਿਆਗਾ। ਇਹ ਹੁੰਦਾ ਹੈ ਕਿ ਜਦੋਂ ਸਟੇਜ 'ਤੇ ਕੋਈ ਹੁੰਦਾ ਹੈ ਜਾਂ ਉਹ ਨਿੱਜੀ ਜ਼ਿੰਦਗੀ ਜਿਹੜੀ ਉਹਦੀ ਅਸਲ ਜ਼ਿੰਦਗੀ ਹੁੰਦੀ ਹੈ ਉਹਦੇ 'ਚ ਬੜਾ ਫਰਕ ਹੁੰਦਾ ਹੈ। ਲੇਕਿਨ ਇਹੀ ਗੱਲਾਂ ਜਾਣਨ ਲਈ ਅਸੀਂ ਅੱਜ ਗਿੱਦੜਵਾ ਜਿਹੜਾ ਪਿੰਡ ਦੇ ਵਿੱਚ ਪਹੁੰਚੇ ਹਾਂ ਅਤੇ ਤੁਹਾਨੂੰ ਆਓ ਲੈ ਕੇ ਚੱਲਦੇ ਹਾਂ ਹੋਰ ਲੋਕਾਂ ਕੋਲ ਅਤੇ ਪਿੰਡ ਦੇ ਗੇੜਾ ਦਿੰਦੇ ਹਾਂ। ਛੋਟੋ ਤੇ ਕਿੰਨੇ ਕੁ ਸ਼ਰਾਰਤਾਂ ਸ਼ੁਰਤਾਂ ਕਿਵੇਂ ਕਰਦੇ ਸੀ? ਖੇਡੀ ਜਾਂਦਾ ਸੀ, ਅਸੀਂ ਉਹੀ ਵੇਖੀ ਜਾਂਦੇ, ਮਤਲਬ ਮਜ਼ਾਕਾਂ ਕਰਦੇ ਆ, ਸਾਨੂੰ ਕੀ ਪਤਾ ਵੀ ਇਹ ਫਿਰ ਮਜ਼ਾਕਾਂ 'ਚ ਕਰਨ ਲੱਗ ਗਿਆ। ਨੋਹਰੇ ਉੱਧਰ ਉੱਠ ਗਿਆ, ਆਪਦੇ ਪੜਦਾਦੇ ਨਾਲ ਹੀ ਮਜ਼ਾਕਾਂ ਕਰੀ ਗਿਆ, ਦਾਦੇ ਨਾਲ ਹੀ ਕਰੀ ਗਿਆ ਅਤੇ ਬਹੁਤ ਖੁਸ਼ੀ ਹੈ। ਪਰਿਵਾਰ ਫਿਰ ਇੱਥੇ ਕੌਣ ਕੌਣ ਰਹਿੰਦਾ ਹੁੰਦਾ ਸੀਗਾ? ਸਾਰੇ ਕਹਿੰਦੇ ਸਾਰਾ ਪਰਿਵਾਰ ਹੀ ਸੀ। ਅੱਛਾ, ਹਾਂ ਸਾਰੇ ਪਰਿਵਾਰ ਜਿੰਨੇ ਸੀਗੇ। ਚਾਚੇ ਤਾਂ ਇਹ ਸਾਰੇ ਇੱਥੇ ਸੀ? ਚਾਚੇ ਇੱਕ ਚਾਚਾ ਸੀ ਗੁਰਦਾਸ ਦਾ, ਅਤੇ ਇੱਕ ਭਰਾ ਸੀ ਪੰਥਾ ਗੁਰਦਾਸ ਮਾਨ ਦਾ, ਬਸ ਮਾਤਾ ਤੇਜ ਕੌਰ। ਅੱਛਾ, ਉਹਨੇ ਮੈਨੂੰ ਫੋਨ ਲੈ ਕੇ ਦਿੱਤਾ ਸੀ। ਅੱਛਾ, ਆ ਰਿਹਾ, ਉਹਦੀ ਨਿਸ਼ਾਨੀ ਹੈ। ਅੱਛਾ, ਇਹ ਵਾਲਾ ਜਿਹੜਾ ਫੋਨ ਹੈ, ਫੋਨ ਉਸਨੇ ਮੈਨੂੰ 500 ਰੁਪਏ ਦਿੱਤਾ ਦੀ ਜਿਹੜੀ ਮਾਤਾ, ਬਹੁਤ ਪਿਆਰ ਸੀ ਮੇਰੇ ਨਾਲ। ਅੱਛਾ, ਉਦੋਂ ਲੈ ਕੇ ਦਿੱਤਾ ਹੈ, ਕਿੰਨੇ ਸਾਲ ਹੋ ਗਏ ਜੀ ਇਹਨੂੰ? 20 ਸਾਲ ਹੋ ਗਿਆ ਲੈ ਇਹਨੂੰ। ਅੱਛਾ, ਦਵਾਈ ਨੂੰ ਉੱਥੇ ਕੋਠੇ ਵੀ ਜਾਂਦੇ ਰਹੇ। ਦਰਸ਼ਕਾਂ ਨੂੰ ਦਿਖਾ ਦਈਏ, ਇਹ ਉਹ ਗਿਫਟ ਹੈ ਜਿਹੜਾ ਗੁਰਦਾਸ ਮਾਨ ਦੀ ਮਾਤਾ ਜੀ ਨੇ ਇਹਨਾਂ ਨੂੰ ਜਿਹੜਾ ਹੈਗਾ ਗਿਫਟ ਦੇ ਤੌਰ 'ਤੇ ਦਿੱਤਾ ਸੀਗਾ। ਕਰੀਬ ਦੱਸਿਆ ਜਾ ਰਿਹਾ 20-22 ਸਾਲ ਦਾ ਹੈਗਾ। ਇਹ ਵੀ ਇੱਕ ਯਾਦ ਹੈ ਜਿਹਨੂੰ ਦੇਖ ਦੇਖ ਕੇ ਉਹ ਸਮੇਂ ਜਿਹੜਾ ਸਮੇਂ ਸੀਗਾ ਅਤੇ ਉਹਨੂੰ ਯਾਦ ਕਰਕੇ ਰੱਖਦੇ ਆ, ਦਿਖਾਉਂਦੇ ਆ ਲੋਕਾਂ ਨੂੰ ਵੀ ਕਿ ਇਹ ਜਿਹੜਾ ਫੋਨ ਦਿੱਤਾ ਸੀਗਾ ਗੁਰਦਾਸ ਮਾਨ ਦੀ ਮਦਰ ਨੇ ਜਿਹੜਾ ਦਿੱਤਾ ਸੀਗਾ, ਅੱਜ ਵੀ ਇਹਨੂੰ ਉਹ ਸੰਭਾਲ ਕੇ ਬੈਠੇ ਹੈਗੇ। ਉਹ ਚੋਲਾ ਛੱਡ ਗਈ, ਆਪਾਂ ਆਪਣੇ ਬੈਠੇ ਹਾਂ, ਮੈਂ 90 ਸਾਲ ਦੀ ਉਮਰ ਹੋ ਰਹੀ ਹੈ ਮੇਰੀ। ਉਹਨਾਂ ਦੀ ਜਿਹੜੀ ਮੌਤ ਹੋਈ ਉਦੋਂ ਕਦੋਂ, ਕਿੰਨੇ ਕਿੰਨੇ ਸਾਲ ਹੋ ਗਏ ਉਹਨੂੰ? ਕਿੰਨੇ ਸਾਲ ਹੋ ਗਏ? 5-6 ਸਾਲ ਹੋ ਗਏ ਮੈਨੂੰ। ਹਾਂ, ਮੈਂ ਨਹਾਉਣ ਕਰਕੇ ਆ ਰਹੀ ਹਾਂ ਕਲੇਸ਼ ਦਾ, ਹਨੂਮਾਨਗੜ੍ਹ ਆ ਕੇ ਮੈਨੂੰ ਮੇਰਾ ਭਤੀਜਾ ਸੀ ਉਹਦੇ ਕੋਲ ਨੇਟ 'ਤੇ ਆ ਗਿਆ। ਅੱਛਾ, ਫਿਰ ਉਦੋਂ ਬੜਾ ਅੱਛਾ ਦੁੱਖ ਹੋਇਆ ਉਦੋਂ? ਫਿਰ ਦੁੱਖ ਤਾਂ ਹੈ, ਅਜੇ ਵੀ ਹੈ, ਅਜੇ ਵੀ ਹੈ। ਮੈਂ ਕਿਤੇ ਜਾਵਾਂ ਉਦੋਂ ਮੈਨੂੰ ਉਹਨੇ ਕਿਰਾਇਆ ਦੇ ਦੇਣਾ, ਮੇਰੀ ਅੱਖ ਬਣਾ ਗਿਆ ਸੀ, ਤੇਰੀ ਮਹੀਨਾ ਸੇਵਾ ਕਰੋ। ਮੇਰੇ ਭਰਾ ਭਰਜਾਈ ਲੈ ਗਏ, ਉਹਨਾਂ ਨੇ ਸੇਵਾ ਕਰੀ। ਇਹ ਗੁਰਦਾਸ ਨੂੰ ਪੁੱਛ ਕੇ ਦੇਖ ਲਿਓ ਮਾਤਾ ਠਾਕਰਾਂ ਦੀ, ਠੀਕ ਹੈ? ਹਾਂ ਆਉਂਦੇ ਗੁਰਦਾਸ ਮਾਨ ਯਾਦ ਕਰਦੇ, ਇਹ ਯਾਦ ਹੋਊਗਾ ਪੈਰੀ ਅਤਲਾਂ ਦਾ ਮਿਲ ਜੇ ਤਾਂ ਯਾਦ ਕਿਉਂ ਨਹੀਂ ਕਰਦਾ, ਬਹੁਤ ਯਾਦ ਕਰਦਾ। ਹਾਂ, ਗੁਰਦਾਸ ਮਾਨ ਦੇ ਜੀਵਨ ਨਾਲ ਸੰਬੰਧਿਤ ਹੋਰ ਗੱਲਾਂ ਜਿਹੜੀਆਂ ਜਾਣਨ ਲਈ ਅਸੀਂ ਪਹੁੰਚੇ ਹਾਂ ਗਿੱਦੜਵਾ, ਅਤੇ ਸਾਡੇ ਨਾਲ ਉਹਨਾਂ ਦੇ ਨਾਲ ਹੀ ਜਿਹੜੇ ਪੜ੍ਹੇ ਹੋਏ ਕੁਲਵੰਤ ਸਿੰਘ ਮਾਨ ਸਾਡੇ ਨਾਲ ਬੈਠੇ ਹੋਏ ਆ, ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਉਸ ਸਮੇਂ ਦਾ ਜਿਹੜਾ ਹੈਗਾ ਕਿਸ ਤਰ੍ਹਾਂ ਇਕੱਠੀਆਂ ਕੀਤੀਆਂ। 8ਵੀਂ 9ਵੀਂ ਅਤੇ 10ਵੀਂ ਕੁਲਵੰਤ ਸਿੰਘ ਜੀ ਨੇ ਅਤੇ ਗੁਰਦਾਸ ਮਾਨ ਨੇ ਇਕੱਠੀ ਗਿੱਦੜਵਾ ਸਕੂਲ ਤੋਂ ਹੀ ਕੀਤੀ ਹੈਗੀ, ਅਤੇ ਉਹਨਾਂ ਦੇ ਨਾਲ ਹੀ ਗੱਲ ਕਰਦੇ ਹਾਂ ਕਿ ਉਦੋਂ ਸਕੂਲ ਦੇ ਟਾਈਮ 'ਚ ਗੁਰਦਾਸ ਮਾਨ ਕਿਸ ਤਰ੍ਹਾਂ ਦੇ ਸੀਗੇ। ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਡਾ, ਅਤੇ ਗੁਰਦਾਸ ਮਾਨ ਜੀ ਤੁਹਾਡੇ ਨਾਲ ਹੀ ਪੜ੍ਹੇ ਆ, ਕਿਹੜੀ ਕਿਹੜੀ ਕਲਾਸ ਤੁਸੀਂ ਜਿਹੜੀ? ਅਸੀਂ 8ਵੀਂ 9ਵੀਂ 10ਵੀਂ ਗਿੱਦੜਵਾ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਹਾਂ ਇੱਕ, ਅਤੇ ਇਕੱਠੇ ਹੀ ਪੜ੍ਹੇ ਹਾਂ। ਜੇ ਇੱਥੇ ਗਿੱਦੜ ਰਹਿੰਦਾ ਤਾਂ ਨਹੀਂ ਇੱਥੇ ਚੜ੍ਹਾਈ ਕਰ ਸਕਦਾ ਸੀ ਉੱਥੇ, ਉਹਦੇ ਜਿਹੜੇ ਲਿੰਕ ਪਤਾ ਨਹੀਂ ਕਿਸ ਹਿਸਾਬ ਨਾਲ ਬਣੇ, ਜਾਂ ਕਿਸੇ ਕੋਈ ਚੰਗਾ ਗੁਰੂ ਮਿਲ ਗਿਆ ਉੱਥੋਂ ਜਾ ਕੇ, ਉਹਨੇ ਬਹੁਤ ਬੁਲੰਦੀਆਂ ਦੇ ਜੇ। ਗੁਰੂ ਬਾਰੇ ਵੀ ਜਿਹੜੀ ਬੜੀ ਚਰਚਾ ਹੁੰਦੀ ਹੈ ਹੈ ਨਾ, ਕਈ ਜਿਹੜੇ ਸਵਾਲ ਵੀ ਖੜ੍ਹੇ ਹੁੰਦੇ ਹੈ ਧਿਆਨ ਕਿ ਕੌਣ ਆਖਰ ਕਿੱਥੋਂ ਉਹਨਾਂ ਨੇ ਗਾਇਕੀ ਜਿਹੜੀ? ਨਹੀਂ, ਉਹਦੇ ਗੁਰੂ ਬਾਰੇ ਕੋਈ ਨਹੀਂ ਕਹਿ ਸਕਦੇ ਅਸੀਂ ਵੀ ਗੁਰੂ ਕਿਤੇ, ਐਵੇਂ ਲੋਕ ਜਿਹੜੇ ਕਈ ਕਹਿੰਦੇ ਹਾਕਮ ਸੂਫੀ ਉਹਦਾ ਗੁਰੂ ਸੀ, ਨਹੀਂ ਹਾਕਮ ਸੂਫੀ ਸਾਥੋਂ ਪਿੱਛੇ ਹੁੰਦਾ ਸੀ ਅਤੇ ਹਾਕਮ ਸੂਫੀ ਉਦੋਂ ਬਹੁਤ ਬਾਅਦ ਗਾਉਣ ਲੱਗਿਆ, ਅਤੇ ਉਹਦਾ ਤਾਂ ਪਟਿਆਲੇ ਹੀ ਸਾਨੂੰ ਇਹ ਨਹੀਂ ਕਹਿ ਸਕਦੇ ਵੀ ਕੌਣ ਗੁਰੂ ਸੀ। ਪੜ੍ਹਾਈ 'ਚ ਕਿਵੇਂ ਸੀਗੇ? ਪੜ੍ਹਾਈ ਹੁਸ਼ਿਆਰ ਸੀ, ਠੀਕ ਆ ਚੱਲਣਾ, ਇੰਨਾ ਬਹੁਤ ਹੁਸ਼ਿਆਰਤਾ ਤਾਂ ਨਹੀਂ, ਦਰਮਿਆਨਾ ਪਾਸਾ, ਜਿਵੇਂ ਜੇ ਇੰਨਾ ਬਹੁਤ ਹੁਸ਼ਿਆਰ ਹੁੰਦਾ ਫੇਲ ਨਹੀਂ ਹੁੰਦਾ ਸੀ। ਤਾਂ ਫਿਰ ਸ਼ਾਇਦ ਇਹ ਵੀ ਹੁੰਦਾ ਕਿ ਸ਼ਾਇਦ ਹੋਰ ਪਾਸੇ ਹੁੰਦੇ ਗਾਇਕੀ ਵਾਲੇ ਪਾਸੇ ਨਾ ਹੁੰਦੇ। ਹਾਂ, ਇਹ ਤਾਂ ਹੈ, ਫਿਰ ਹੋਰ ਪਾਸੇ ਵੀ ਜੁੜ ਜਾਂਦਾ। ਹੋਰ ਸਕੂਲ ਸਮੇਂ ਦੀ ਕੋਈ ਯਾਦ ਜਿਹੜੀ ਹੈ ਅੱਜ ਵੀ ਤੁਹਾਨੂੰ ਯਾਦ ਹੋਵੇ ਕਿ ਕੋਈ ਸ਼ਰਾਰਤ ਉਹ ਜੀ ਕੀਤੀ ਹੋਵੇ? ਬਸ ਇਹ ਇੱਕ ਵਾਰੀ ਅਸੀਂ ਦੋਨੇ ਇਹ ਵੇਖਣ ਲੱਗ ਗਏ, ਹੱਥ ਦੀਆਂ ਲਕੀਰਾਂ ਵੇਖਣ ਲੱਗ ਗਿਆ, ਅਤੇ ਸਾਡੇ ਗਿਆਨ ਚੰਦ ਮਾਸਟਰ ਹੁੰਦੇ ਸੀ, ਉਹ ਕਹਿੰਦਾ ਸਾਨੂੰ, ਮੈਂ ਵਿਖਾਉਣਾ ਤੁਹਾਨੂੰ ਲਿਖੀਰਾਂ, ਦੋ ਡੰਡੇ ਲਾਏ ਬਸ। ਪਹਿਲਾਂ ਜਿਹੜਾ ਘਰ ਤੁਹਾਨੂੰ ਦਿਖਾਇਆ ਸੀਗਾ ਉਹ ਗੁਰਦਾਸ ਮਾਨ ਦਾ ਉਹੀ ਘਰ ਸੀ ਜਿੱਥੇ ਉਹ ਪੈਦਾ ਹੋਏ, ਜੱਦੀ ਘਰ ਸੀ, ਜਿਸ ਤੋਂ ਬਾਅਦ 30-35 ਸਾਲਾਂ ਤੋਂ ਬਾਅਦ ਜਿਹੜਾ ਹੈਗਾ ਉਹ ਇੱਥੋਂ ਚਲੇ ਗਏ ਸੀ, ਪਟਿਆਲਾ ਚਲੇ ਗਏ। ਇਹ ਘਰ ਸੀਗਾ ਜਿੱਥੇ ਉਹ ਦੁਬਾਰਾ ਆਏ, ਇਹੀ ਘਰ ਹੈ। ਤੁਸੀਂ ਤੁਹਾਨੂੰ ਦਿਖਾ ਦਈਏ ਕਿ ਪਹਿਲਾਂ ਤਸਵੀਰਾਂ ਜਿਹੜੀਆਂ ਹੈਗੀਆਂ
वो पिछे पुराना जिहड़ा घर हैगा इत्थे जिहड़ा नवां घर बनाया गया हैगा इत्थे जिहड़ा हैगा उस उन्हां दा परिवार आया उन्हां दे जिहड़े मान साहब जिहड़े हैगे उन्हां दे मासी जी भी इत्थे ही हैगे होर परिवार दे लोग भी आ उन्हां नाल भी गल करांगे कि किस तरह दा सीगा। आओ चलदे हुण उत्थे उन्हां कोले। बेबे सति श्री अकाल। होर बेबे ठीक ठाक हो? हां ठीक है जी। है सेहत ठीक है? हां ठीक है। चलो गुरदास मान दे तुसी मासी जी हो? हां मासी जी हां। अच्छा हां मासी हां मैं जी। बस असी उन्हां दे जीवन बारे पुछण आए सी किवें सी छोटे हुंदे किवें है ना। फिर असी जी बहुत वधिया सी बड़ा वधिया सी गाउंदा बजाउंदा आदा खेडदा बहुत वधिया सी। पहला तां नहीं सीगा शौक उन्हां नूं गाउण दा? निक्के हुंदे नहीं मैं 4 साल दे नूं शौक हो गया फिर उन्हां पाठ करदा चंगीआं गल्लां बातां करदा गाउण बजाउण दा उन्हां लगण लग गया ਬਹੁਤ ਜ਼ਿਆਦਾ ਸਿਹਤ ਉਹਦੀ ਠੀਕ ਸੀ। ਪਹਿਲਾਂ ਘਰ ਉੱਧਰ ਸੀਗਾ ਪਰਲੇ ਪਾਸੇ ਜਦੋਂ ਪਹਿਲੇ ਘਰੇ ਸੀ ਖੂਹ ਕੋਲੇ ਖੂਹ ਕੋਲੋਂ ਫਿਰ ਅਸੀਂ ਇੱਥੇ ਪਾ ਲਿਆ। ਇਹ ਆਹੀ ਘਰ ਹੈ ਜਿਹੜਾ ਇੱਥੇ ਜਿਹੜਾ ਨਵੇਂ ਹੋਏ ਹੋਏ ਜਿਹੜੇ ਇੱਥੇ ਤੇ ਫਿਰ ਆਹ ਪਾ ਲਿਆ ਹੋਰ ਠੀਕ ਹੈ। ਹਾਂ ਠੀਕ ਹੈ। ਸੁਭਾਅ ਕਿਵੇਂ ਸੀ ਛੋਟੇ ਹੁੰਦੇ ਸ਼ਰਾਰਤ ਸ਼ੁਰੂ? ਬਹੁਤ ਮੋਲਾ ਜਵਾਕ ਸੀ ਬਹੁਤ ਮੋਹ ਕਰਦਾ ਸੀ ਆਪਣਾ ਤਾਂ ਮਾਂ ਨਾਲੋਂ ਵੱਧ ਸਮਝਦਾ ਸੀ ਮਾਸੀ ਨੂੰ। ਨਹੀਂ ਹੁੰਦਾ ਹੀ ਹੈ ਮਾਸੀ ਦਾ ਤਾਂ ਫਿਰ ਮਾਂ ਤੋਂ ਵੱਧ ਜਿਹੜਾ ਹਾਂ ਤਾਂ ਬਹੁਤ ਵਧੀਆ ਸੀ ਭਾਈ ਤੇ ਹੁਣ ਤਾਂ ਕਾਫੀ ਜਿਹੜਾ ਨਾਮੀ ਹੋ ਗਿਆ ਹੁਣ ਤਾਂ ਬਹੁਤ ਮਸ਼ਹੂਰ ਹੈ ਜੀ। ਹਾਂ ਜੀ ਹੁਣ ਤਾਂ ਫਿਰ ਹੁਣੇ ਸੀ ਸੁਖਨਾ ਕਰਦੇ ਯਾਦ ਉਹ ਹਾਂ ਬਹੁਤ ਬਹੁਤ ਆ ਹੁਣ ਥੋੜੇ ਦਿਨ ਹੋ ਗਏ ਮੈਲ ਆਇਆ ਸੀ ਬਹੁਤ ਠੀਕ ਹੈ। ਤੇ ਕੀ ਛੋਟੇ ਹੁੰਦੇ ਸ਼ਰਾਰਤਾਂ ਕੀ ਕਰਦੇ ਸੀ? ਸ਼ਰਾਰਤਾਂ ਨਹੀਂ ਕਰਦਾ ਸੀ ਉਹ ਤਾਂ ਬਸ ਪਾਠ 'ਤੇ ਲੱਗਿਆ ਰਹਿੰਦਾ ਸੀ ਪਾਠ ਕਰਦਾ ਸੀ ਬੜਾ ਪਾਠ ਪੂਜਾ ਸੋਹਣੀਆਂ ਗੱਲਾਂ ਕਰਦਾ ਖੇਤ ਜਾਂਦਾ ਅਤੇ ਖੇਤੋਂ ਘਰੇ ਆ ਜਾਂਦਾ ਅਤੇ ਘਰੇ ਸੋਹਣੀਆਂ ਗੱਲਾਂ ਕਰਦਾ ਜਾਂ ਪੜ੍ਹੀ ਜਾਂਦਾ ਅਤੇ ਜਾਂ ਆਪਦਾ ਖੇਤ ਜਾ ਆਉਂਦਾ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ ਬਾਈ ਜੀ? ਸੁਖਦੇਵ ਸਿੰਘ ਜੀ। ਅੱਛਾ ਅਤੇ ਮਾਨ ਸਾਹਿਬ ਅਤੇ ਤੁਹਾਡਾ ਕੀ ਰਿਸ਼ਤਾ? ਮੇਰੇ ਭਤੀਜਾ ਲੱਗਦਾ ਉਹ। ਅੱਛਾ। ਮੈਂ ਇਹਨਾਂ ਦਾ ਚਾਚਾ ਹੈ। ਠੀਕ ਹੈ। ਮੈਂ ਛੋਟਾ ਜਿਹਾ ਹੁੰਦਾ ਇਹਨਾਂ ਦੇ ਘਰ ਵਿੱਚ ਪਲਿਆ ਸੀ। ਇਹਨਾਂ ਦੇ ਅੰਕਲ ਸੀ ਕੌਰ ਸਿੰਘ ਮਾਨ, ਉਹਨਾਂ ਨਾਲ ਮੇਰਾ ਬਹੁਤ ਜ਼ਿਆਦਾ ਮੋਹ ਸੀ। ਫਿਰ ਇਹ ਜਦੋਂ ਪਟਿਆਲਾ ਯੂਨੀਵਰਸਿਟੀ 'ਚ ਪੜ੍ਹਦੇ ਸੀਗੇ ਉਦੋਂ ਇਹਨਾਂ ਨੇ ਇੱਥੇ ਆਉਣਾ ਅਤੇ ਸਾਨੂੰ ਕੌਡੀ ਖਿਡਾਉਣਾ। ਅੱਛਾ। ਫਿਰ ਕੌਡੀ ਦਾ ਵੀ ਸ਼ੌਂਕ ਸੀ। ਹਾਂ ਫਿਰ ਵੀ ਪੁਰਾਣੇ ਖੇਡਾਂ ਤਾਂ ਹੋਰ ਹੁੰਦੀਆਂ ਨਹੀਂ ਸੀ ਕੋਈ ਆਹੀ। ਹਾਂ ਹਾਂ। ਫਿਰ ਇਹਨਾਂ ਨੇ ਨਾਟਕ ਵੀ ਖੇਡਣਾ, ਉਹਨਾਂ ਦਾ ਮੈਨੂੰ ਇਹਨਾਂ ਦਾ ਗਾਣਾ ਵੀ ਮੈਨੂੰ ਯਾਦ ਹੈ ਜਦੋਂ ਸੁਣਾਈ ਦਿਓ ਜੀ। ਫਿਰ ਕੀ ਸੀਗਾ? ਹਮ ਸੰਤ ਨਗਰ ਮੇ ਆਏ ਸੱਚ ਹਮ ਸੰਤ ਨਗਰ ਮੇ ਆਏ ਰੱਬ ਸੱਚੇ ਮੇਲ ਮਿਲਾਏ। ਮਤਲਬ ਸ਼ੁਰੂ ਤੋਂ ਹੀ ਜਿਹੜੀ ਮਤਲਬ ਰੂਹ ਜਿਹੜੀ ਰੱਬ ਦੇ ਨਾਲ ਜਿਹੜੀ ਜੁੜੀ ਸੀ। ਗਾਣੇ ਗਾਉਣ ਲੱਗੇ ਉਹ ਦੌਰ ਵੀ ਯਾਦ ਹੈ ਤੁਹਾਨੂੰ ਜਦੋਂ ਸ਼ੁਰੂਆਤ ਕੀਤੀ? ਸ਼ੁਰੂਆਤ ਇਹਨਾਂ ਨੇ ਧਰਮਸ਼ਾਲਾ 'ਚ ਕੀਤੀ ਸੀ ਜਾਂ ਬਾਹਰ ਆਪਣਾ ਹੈਗਾ ਸ਼ਮਸ਼ਾਨ ਘਾਟ ਉੱਥੇ ਕਰਦੇ ਰਹੇ ਹੈ। ਹਾਂ ਇੱਥੇ ਜੇ ਕੋਈ ਪ੍ਰੋਗਰਾਮ ਹੋਣਾ ਤਾਂ ਜ਼ਰੂਰ ਇਹਨਾਂ ਨੇ ਇੱਥੇ ਗਾਉਣਾ ਹੁੰਦਾ ਸੀ। ਕੋਈ ਯਾਦ ਹੈ ਜਦੋਂ ਛੋਟੇ ਹੁੰਦੇ ਕੋਈ ਸ਼ਰਾਰਤ ਹੋ ਜੀ ਕਿ ਜਿਹੜੇ ਲੱਗਿਆ ਹੋਵੇ ਜਾਂ ਆਪਾਂ ਛੋਟੇ ਹੁੰਦੇ ਹਰੇਕ ਹੀ ਜਿਹੜਾ ਸ਼ਰਾਰਤ ਨਹੀਂ ਸੀ ਜਾਂ ਤਾਂ ਸ਼ੌਂਕ ਸੀ ਇਹਨਾਂ ਨੂੰ ਪਤੰਗ ਵੀ ਉਡਾਉਂਦੇ ਸੀ ਪਤੰਗ ਵੀ ਅਸੀਂ ਦੋਨਾਂ ਨੇ ਉਡਾਇਆ ਪੁਰਾਣੇ ਘਰੇ ਇੱਥੇ ਵਾਲੀਬਾਲ ਖੇਡਦੇ ਸੀਗੇ ਇੱਥੇ ਨੌਰਾ ਸੀਗਾ ਜਿੱਥੇ ਆਪਾਂ ਖੜ੍ਹੇ ਹਾਂ ਵਾਲਾ ਨੌਰਾ ਸੀ ਨੌਰਾ ਸੀਗਾ ਆਹ ਜਿਹੜਾ ਪਿਛਲਾ ਸਾਈਡ ਇਹਨਾਂ ਨੇ ਬਾਅਦ 'ਚ ਲਿਆ ਪਹਿਲਾਂ ਨੌਰਾ ਸੀ ਇੱਥੇ ਵਾਲੀਬਾਲ ਖੇਡਦੇ ਹੁੰਦੇ ਸੀ। ਪਰਿਵਾਰ 'ਚ ਫਿਰ ਹੋਰ ਕੋਈ ਵੀ ਇਸ ਲਾਈਨ ਵਾਲੇ ਪਾਸੇ ਹੈ? ਨਹੀਂ ਪਰਿਵਾਰ 'ਚ ਹੈ ਨਹੀਂ ਕੋਈ ਅਤੇ ਨਾ ਹੀ ਪਹਿਲਾਂ ਵੀ ਨਹੀਂ ਸੀ ਕੋਈ ਪਹਿਲਾਂ ਵੀ ਹੈ ਨਹੀਂ ਸੀ ਕੋਈ ਇਸ ਨੂੰ ਸ਼ੌਂਕ ਸੀਗਾ ਅਤੇ ਦੇਖ ਲਓ ਪੂਰੇ ਪਰਿਵਾਰ 'ਚ ਨਾ ਪਹਿਲਾਂ ਅਤੇ ਨਾ ਬਾਅਦ 'ਚ। ਹਾਂ ਹਾਂ ਹਾਂ। ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ ਗੁਰਦਾਸ ਮਾਨ ਜਿਹੜੇ ਸਕੂਲ 'ਚ ਪੜ੍ਹੇ ਸੀ ਉਹੀ ਸਕੂਲ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਕਿੱਥੇ ਬੈਠਦੇ ਸੀਗੇ। ਇਸੇ ਸਕੂਲ 'ਚ ਉਹ ਪੜ੍ਹੇ ਹੈਗੇ, ਹਾਲਾਂਕਿ ਹੁਣ ਤਾਂ ਬਹੁਤ ਜ਼ਿਆਦਾ ਖੂਬਸੂਰਤ ਬਣਾ ਦਿੱਤਾ ਗਿਆ ਹੈਗਾ। ਪਹਿਲਾਂ ਕਾਫੀ ਜਿਹੜਾ ਹੈਗਾ ਨੀਵਾਂ ਸੀਗਾ ਇਹ, ਇਕੱਲਾ ਜਿਹੜਾ ਪਹਿਲਾਂ ਗਰਲਸ ਅਤੇ ਬੋਇਜ਼ ਸਕੂਲ ਇਕੱਠਾ ਹੁੰਦਾ ਸੀਗਾ, ਜਿਹੜਾ 86 ਜਾ ਕੇ ਜਿਹੜਾ ਇਹਨੂੰ ਅੱਡ ਕੀਤਾ ਗਿਆ, ਇੱਥੇ ਗਰਲਸ ਸਕੂਲ ਬਣਿਆ ਹੈਗਾ, ਬੋਇਜ਼ ਸਕੂਲ ਜਿਹੜਾ ਹੋਰ ਥਾਂ 'ਤੇ ਬਣਾਇਆ ਗਿਆ ਹੈਗਾ। ਤੁਹਾਨੂੰ ਲੈ ਕੇ ਚੱਲਾਂਗੇ, ਉਹ ਕਲਾਸਰੂਮ ਵੀ ਤੁਹਾਨੂੰ ਦਿਖਾਵਾਂਗੇ ਕਿ ਜਿੱਥੇ ਗੁਰਦਾਸ ਮਾਨ ਬੈਠ ਕੇ ਪੜ੍ਹਦੇ ਸੀ। ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਜਦੋਂ ਵੀ ਗੁਰਦਾਸ ਮਾਨ ਇੱਥੋਂ ਟੱਪਦੇ ਹੈਗੇ ਉਹ ਇੱਥੇ ਆਪਣੀ ਗੱਡੀ ਤੋਂ ਉੱਤਰ ਕੇ ਅਤੇ ਮੱਥਾ ਟੇਕ ਕੇ ਜਾਂਦੇ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪਰਮਾਤਮਾ ਵੱਲੋਂ ਉਹਨਾਂ ਨੂੰ ਜਿਹੜੀ ਇੱਕ ਬਖਸ਼ਿਸ਼ ਦਿੱਤੀ ਹੋਈ ਹੈ ਉਹ ਅੱਜ ਵੀ ਜਿਹੜਾ ਹੈਗਾ ਸਿੱਖਿਆ ਨੂੰ ਹੀ ਵੱਡਾ ਮੰਨਦੇ ਹੈ ਕਿ ਜੇ ਜੋ ਬੱਚੇ ਸਿੱਖਿਆ ਦੇ ਨਾਲ ਜੁੜੇ ਆ ਉਹਦੇ ਨਾਲ ਹੀ ਆਪਣੀ ਤਰੱਕੀ ਹੋ ਸਕਦੀ ਹੈ। ਅਤੇ ਯਾਦ ਵੀ ਬਿਲਕੁਲ ਰੱਖਣਾ ਚਾਹੀਦਾ, ਜਿਸ ਤਰ੍ਹਾਂ ਕਿਹਾ ਜਾਂਦਾ ਹੈਗਾ ਕਿ ਵਿੱਦਿਆ ਦਾ ਜਿਹੜਾ ਮੰਦਰ ਹੁੰਦਾ, ਇਸੇ ਕਰਕੇ ਉਹ ਜਦੋਂ ਵੀ ਇੱਥੇ ਆਉਂਦੇ ਆ ਤਾਂ ਇੱਥੋਂ ਮੱਥਾ ਟੇਕ ਕੇ ਜਾਂਦੇ ਆ। ਮੰਦਰ ਬਿਲਕੁਲ ਉਹਨਾਂ ਦੇ ਦਿਲ 'ਚ ਅੱਜ ਵੀ ਉਹੀ ਬਣਿਆ ਹੋਇਆ ਹੈਗਾ। ਕੁਛ ਟੀਚਰਸ ਜਿਹੜੇ ਇੱਥੇ ਹੈਗੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਕਿ ਉਹ ਉੱਥੇ ਇੱਥੇ ਹੀ ਪੜ੍ਹੇ ਹੈਗੇ,
उस क्लासरूम च बैठते सके जिथे गुरदास मान बैठ के पढ़े है। दसवीं इतों ही उन्होंने जी है पास की है, तो इस तो बाद जो है वो अपनी उचेरी सिक्ख्या जोड़ा है होर अगे चले है। हूँ आप चलते हैं उस क्लासरूम जिथे गुरदास मान बैठ के पढ़ते होंगे सी, आओ चलीए। इतों एंट्रेंस जी यदि हैगी इतने क्लासरूम हैगा, अज भी जोड़ा है इनू पूरे संभाल के रखे है। बिल्कुल वधिया गल है कि स्कूल के स्टाफ वालों ये उपराला किया गया कि जी हैरीटेज जी है इनू बचा के रखा जा सके, ता जो लोग है बच्चे है जड़े आज दी नौजवान पीढ़ी जड़ी हैगी सीख सकन इन्हां क्लासरूम्स नू देख के कि इत्थों जड़े जड़े बच्चे पढ़ के गए हैगे वो अज किहड़े अहुदे ते बैठे हैगे। इस करके कि सिक्ख्या जड़ी हैगी एक जी चीज़ है कि जिहदे करके आपां उचेरी थां ते पहुँच सकते हैं। बिल्कुल यही मेरे ख्याल च यही डैस्क हो सकते हैं, शायद हुण बदल दिते गए हैगे। इत्थे बैठ के जड़े मान साहब जड़े पढ़ते हुंदे सीगे यही ब्लैकबोर्ड हैगा जिथों उन्होंने सिक्ख्या लोगों के नाल जड़ा मेलजोल किवें रखा जा सके, प्यार जड़ा है एक दूजे के नाल बनाया जा सके, फिर ही वो जड़े इतों तक पहुँचे है। अज भी उन्होंने दिल के यही क्लासरूम उन्होंने याद है, उन्होंने स्कूल याद है, टीचर्स जड़े है जड़े इतने हूँ जड़े काफ़ी जड़े बदल गए हैं, लेकिन उन्होंने भी ये चीज़ का पता है कि मान साहब इतने पढ़े है, अज भी उन्होंने याद करते हैं। तो टीचर्स भी साढ़े नाल है, उन्होंने गल करते हैं कि किस तरह का रहा है, क्योंकि ये भी इतने टीचर है बच्चों पढ़ाते हैं। मान साहब वर्गे होर भी बच्चे है जो अड अड जड़े अहदे ते जड़े जाके बैठे गए होर खेत्रां दे विच उन्होंने मल्ला मारिया है। की नाम तुहाडा? सरदार जीतपाल सिंह वाइस प्रिंसीपल। पता लगे जी मान साहब इत्थे यही वो क्लासरूम है जिथे बैठ के जड़े पढ़ते होंगे दसवीं जी उन्होंने इतों। हाँ जी, ये साडे लई बहुत माण वाली गल है। मान साहब इस जिहड़ी क्लास दे विच पढ़दे सी ते साडे लई फकर दी गल है वी अज इस गिदड़वा दा की आल इंडिया दे विच की सारे वर्ल्ड दे विच उहनां दा नाम फेमस है, ते ओह आए स्कूल दे जिहड़े जिहड़ी सिक्ख्या सी उहनां ने इत्थों प्राप्त करी है, ते साडे लई बहुत माण दी गल है। बहुत एक उहनां नूं जिहड़ा हैगा ये स्कूल चों सिखण नूं मिलिया हैगा कि जदों वी उह इत्थों लंघदे है जो स्कूल दे सामने गड्डी चों उतर के जिहड़ा कहिंदे मत्था टेक के। हाँ जी सर, जदों इत्थे आउंदे आ मान साहब आ के नतमस्तक जरूर हुंदे आ, आ के वो इस मिट्टी नूं आपदे मत्थे नाल ला के ते इत्थों उह लंघदे आ। असीं जदों मैं बहुत मतलब 10-12 साल तो इत्थे जॉब दे विच सी पहलां, ते मैनू पता है असीं देखदे आ वी उहनां ने कदे उहनां दे विच हंकार वाली गल नहीं, कोई ऐ प्रेम भाव नाल आ के कई वारी मिल के भी जांदे आ। इत्थे मान साहब रहिंदे हुंदे सी कदे, याद है तुहानूं उहनां बारे? ठीक है, इत्थे रहिंदा सी साडे कोले। अच्छा, इत्थे गया। किन्ने क साल दे सी जदों इत्थे गए हो? ओह सीगा 28-29 साल दा। अच्छा, 28-29 साल। गया ਇਹ ਘਰ ਤਾਂ ਉਹੀ ਹੈ ਜੱਦੀ ਜਿਹੜਾ ਇਹਨਾਂ ਦਾ ਸੀਗਾ? ਜੱਦੀ ਆਹ ਰਹਿ ਗਿਆ, ਹਾਂ ਇਹੀ ਗਲੀ 'ਚ। ਅਤੇ ਤੁਹਾਡੇ ਨਾਲ ਫਿਰ ਉਦੋਂ ਛੋਟਾ ਸੀ ਉਹ ਤਾਂ ਗੁਰਦਾਸ ਮਾਨ 'ਤੇ ਫਿਰ ਖੇਡਦਾ ਸੀ ਤੁਹਾਡੇ ਕੋਲ? ਸਾਡੇ ਕੋਲ ਥੱਥੋ ਦਾ ਖੈਰ ਵੱਡਾ ਸੀ ਥੋੜ੍ਹਾ ਜਿਹਾ। ਅੱਛਾ, ਠੀਕ ਹੈ। ਅਸੀਂ ਛੋਟੇ ਸੀ। ਅੱਛਾ, ਤੁਸੀਂ ਛੋਟੇ ਸੀ ਫਿਰ? ਅਸੀਂ ਛੋਟੇ, ਉਹ ਵੱਡਾ ਸੀ। ਅੱਛਾ, ਅਤੇ ਫਿਰ ਮਿਲਦੇ ਹੁੰਦੇ ਸੀ ਖੇਡਦੇ ਖੁੱਡਦੇ? ਖੇਡਦੇ ਇਕੱਠੇ ਖੇਡੀ ਜਾਂਦੇ। ਅੱਛਾ, ਅਤੇ ਜੇ ਖੂਹ ਦੇ ਨਾ ਜਾਂਦੇ ਤਾਂ ਖੇਡੀ ਜਾਂਦੇ। ਪਰ ਉਦੋਂ ਤਾਂ ਨਹੀਂ ਪਤਾ ਸੀਗਾ ਨਾਮੀ ਗਾਇਆ ਕਿੰਨਾ, ਮਤਲਬ ਨਾ ਫਿਰ ਇਹਨੇ ਬਾਲ ਸਭਾ ਜੀ ਬਣਾ ਲਈ ਇੱਕ ਛੋਟੀ ਜਿਹੀ। ਅੱਛਾ, ਉਹਦੇ ਲਗਵਾੜੇ ਕੋਈ ਇੱਧਰੋਂ ਪਿੰਡ 'ਚ ਟੋਏ ਭਰਨ ਲੱਗੇ ਮਿੱਟੀ ਦੇ ਟਰੈਕਟਰਾਂ ਨਾਲ। ਅੱਛਾ, ਇਹ ਕੋਈ ਕਰਦਾ ਰਿਹਾ, ਫਿਰ ਗਾਉਣ ਲੱਗ ਗਿਆ, ਫਿਰ ਗਾਂਹ ਟੱਪ ਗਏ ਪਟਿਆਲੇ ਜਾ ਕੇ ਲੱਗਿਆ ਗਾਉਣ। ਤੁਸੀਂ ਵੀ ਉਹਨਾਂ ਦੇ ਨਾਲ ਇੱਥੇ ਖੇਡਦੇ ਸੀ? ਮੇਰਾ ਹੀ ਲੱਗਦਾ ਤਾਂ ਭਤੀਜਿਆਂ ਦੇ ਸਾਈ ਹੈ। ਠੀਕ ਹੈ, ਅਤੇ ਬਈ ਮੈਂ ਇਸ ਤੋਂ ਛੋਟੇ ਬਹੁਤ ਹਾਂ, ਜਿਵੇਂ ਡੈਡੀ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਇੱਥੇ ਨਿਆਈ 'ਚ ਇਹਨਾਂ ਦੇ ਖੇਤ ਤੂੜੀ ਤਾੜੀ ਧੁੰਦੇ ਸੀਗੇ, ਉੱਥੇ ਮਾੜਾ ਮੋਟਾ ਬੋਲ ਕੇ ਆ ਕਹਿੰਦਾ ਮੈਥੋਂ ਨਹੀਂ ਕੰਮ ਹੁੰਦਾ, ਦੇ ਉੱਤੋਂ ਭੱਜਿਆ ਆ। ਉਹ ਡੈਡੀ ਦੀ ਗੱਡੀ ਭਰੀ ਸੀਗੀ, ਉਹਨਾਂ ਨਾਲ ਉੱਠ ਗਿਆ। ਠੀਕ ਹੈ, ਅਤੇ ਫਿਰ ਉੱਥੇ ਪਟਿਆਲੇ ਜਾ ਕੇ ਉੱਥੇ ਰਹਿਣ ਲੱਗ ਗਿਆ, ਅਤੇ ਫਿਰ ਇਹ ਡੈਡੀ ਦੱਸਦੇ ਆ ਜਿਵੇਂ ਬਈ ਹੁਣ ਸ਼ਰਾਰਤੀ ਜ਼ਿਆਦਾ ਹੁੰਦਾ ਸੀਗਾ। ਹਾਂ, ਸ਼ਰਾਰਤਾਂ ਬਚਪਨ ਦੀਆਂ ਜਾਂ ਫਿਰ ਜਿਹੜਾ ਕੁਛ ਹੁੰਦਾ? ਹਾਂਜੀ ਹਾਂਜੀ, ਜਦੋਂ ਆਏ ਇੱਥੇ ਚਿਵਾਰੇ ਨਹਾ ਰਹੇ ਸੀਗੇ, ਮੈਨੂੰ ਡੈਡੀ ਲੈ ਗਏ ਚੱਕ ਕੇ, ਅਤੇ ਜਿਵੇਂ ਉਹਨਾਂ ਯਾਦ ਤਾਂ ਮਾਨ ਸਾਹਿਬ ਆਓ ਮਾਨ ਸਾਹਿਬ, ਅਤੇ ਇਹਨਾਂ ਦੇ ਬਾਰ 'ਚ ਮੇਰਾ ਅੰਗੂਠਾ ਆ ਗਿਆ, ਮੈਂ ਰੋਣ ਲੱਗ ਗਿਆ ਜਵਾਕ ਸੀਗਾ, ਨਾਲੇ ਮੈਨੂੰ 100 ਰੁਪਈਆ ਦਿੱਤਾ। ਠੀਕ ਹੈ, ਅਤੇ ਨਾਲੇ ਵਰਾਇਆ। ਠੀਕ ਹੈ, ਅਤੇ ਬਈ
ਆਉਂਦੇ ਜਾਂਦੇ ਰਹਿੰਦੇ ਸੀਗੇ ਚੰਗਾ ਹਾਂਜੀ ਹਾਂਜੀ ਵਧੀਆ ਸੀਗਾ ਜੀ ਪਹਿਲਾਂ ਤਾਂ ਨਹੀਂ ਲੱਗਦਾ ਸੀਗਾ ਕਿ ਐਂ ਗਾਇਕ ਬਣ ਜਾਣਗੇ ਜਾਂ ਗਾਣੇ ਬੜੇ ਜਿਹੜੇ ਸੁਣੇ ਜਾਇਆ ਕਰਨਗੇ ਲੋਕਾਂ ਵੱਲੋਂ ਨਾ ਜੀ ਜਿਵੇਂ ਦੱਸਦੇ ਆ ਡੈਡੀ ਉਵੇਂ ਤਾਂ ਨਹੀਂ ਲੱਗਦਾ ਸੀਗਾ ਅਤੇ ਪਰ ਜਿਵੇਂ ਸਕੂਲ ਜਾਣਾ ਸਕੂਲੋਂ ਭੱਜਿਆ ਆਉਣਾ ਉੱਥੇ ਪਹੁੰਚਣਾ ਨਾ ਸਕੂਲੇ ਇਹਨਾਂ ਨੇ ਹਾਕਮ ਸੂਫੀ ਨੇ ਅਤੇ ਇਹਨੇ ਕਹਿੰਦੇ ਇੱਥੇ ਸ਼ਮਸ਼ਾਨ ਘਾਟ 'ਚ ਜਾ ਕੇ ਗਾਉਣ ਲੱਗ ਪੈਣਾ ਇਕੱਠੇ ਤਬਲਾ ਵੀ ਆਉਣ ਲੱਗ ਪੈਣਾ ਅਤੇ ਇਹਦੇ ਬਾਪੂ ਸੀਗੇ ਕਮੇਟੀ ਦੇ ਪ੍ਰਧਾਨ ਰਹੇ ਆ ਠੀਕ ਆ ਉਹ ਤਾਂ ਐਵੇਂ ਕਹਿੰਦੇ ਵੀ ਜਿਵੇਂ ਪਹਿਲਾਂ ਚੰਗਾ ਨਹੀਂ ਸਮਝਦੇ ਸੀਗੇ ਕਹਿੰਦੇ ਆ ਸਾਡੇ ਨਚਾਰ ਕਿੱਧਰੋਂ ਜੰਮ ਪਿਆ ਹਾਂਜੀ ਅਤੇ ਪਰ ਐਂ ਕੀ ਪਤਾ ਜੀ ਐਡਾ ਨਾਮੀ ਗਾਇਕ ਬਣੂਗਾ ਹਾਂ ਐਡੇ ਹਾਂ ਇਤਿਹਾਸਿਕ ਗਾਣੇ ਹੋਣਗੇ ਹਾਂਜੀ ਹਾਂਜੀ ਮਾਣ ਤਾਂ ਮਹਿਸੂਸ ਹੁੰਦਾ ਹੀ ਆ ਜਿਹੜੇ ਉਹ ਕਹਿੰਦੇ ਕਿ ਪਿੰਡ ਦਾ ਹੋਵੇ ਤਾਂ ਕੋਈ ਹੈ ਨਾ ਬਹੁਤ ਹੀ ਬਹੁਤ ਜ਼ਿਆਦਾ ਹੁੰਦਾ ਜੀ ਤੁਸੀਂ ਵੀ ਇੱਥੇ ਉਹਨਾਂ ਦੇ ਨਾਲ ਖੇਡਣਾ ਹੈ ਇੱਥੇ ਗੁਆਂਢੀ ਸੀ ਉਹ ਸਾਡੇ ਬਾਰ ਮੂਹਰੇ ਗਾਉਂਦਾ ਸ਼ਰੀ ਥੱਲੇ ਡਿੱਗੀ ਸਾਡੇ ਪੁਰਾਣੀਆਂ ਉਹ ਫੀਟਾਂ 'ਤੇ ਕਣਕ ਕੱਢਦੇ ਹੁੰਦੇ ਸੀ ਸ਼ਰੇਆਮ ਹੀ ਗਾਉਂਦਾ ਰਹਿੰਦਾ ਸੀ ਕੋਲੇ ਤੱਕ ਸੁਣਦੇ ਵੀ ਸੀਗੇ ਹਾਂ ਉੱਥੋਂ ਹੌਲੀ ਵੀ ਵੱਡਾ ਕਲਾਕਾਰ ਬਣ ਗਿਆ ਮੁੜ ਕੇ ਨਹੀਂ ਮਿਲਿਆ ਸਾਨੂੰ ਪਹਿਲਾਂ ਤਾਂ ਨਹੀਂ ਲੱਗਦਾ ਸੀਗਾ ਕਿ ਐਡਾ ਵੱਡਾ ਸੀ ਜੱਟ ਸੀ ਹਾਂ ਵੀ ਘਰੋਂ ਉੱਥੇ ਤਾਂ ਕਣਕ ਨਹੀਂ ਵੱਢ ਕੇ ਇੱਥੇ ਕੱਢਦੇ ਸੀ ਉੱਥੇ ਕੱਢਦੇ ਉੱਥੇ ਕੋਲੇ ਜਾ ਵੜਦਾ ਸੀ ਅਤੇ ਡਿੱਗਦੀ ਪੈ ਨਾਲ ਟਪਲੇ ਪਤੀਲੀ ਖੜਕਾ ਕੇ ਗਾਣੇ ਗਾਉਂਦੇ ਉਦੋਂ ਪੀਪੀਆਂ ਹੀ ਹੁੰਦੀਆਂ ਸੀ ਹਾਂ ਕਿਹੜਾ ਗਾਣਾ ਗਾਉਂਦੇ ਸੀ ਉਦੋਂ ਤਾਂ ਨਵੇਂ ਗਾਣੇ ਸੀ ਹੁਣ ਤਾਂ ਬਹੁਤ ਵੱਡਾ ਕਲਾਕਾਰ ਬਣ ਗਿਆ ਤਾਂ ਆਮ ਗਾਣੇ ਸੀਗੇ ਜਿਵੇਂ ਆਮ ਕਿਸੇ ਸੁਣ ਕੇ ਵੀ ਗਾਉਂਦੇ ਸੀ ਹਾਂ ਹੈ ਕੋਈ ਯਾਦ ਕਿਹੜਾ ਨਹੀਂ ਹੁਣ ਧਿਆਨ ਸਾਡੀ ਸੁਰਤ ਮਾਰੀ ਪਈ ਹੈ ਹੁਣ ਯਾਦ ਜਾਂ ਮਗਰ ਖੜਾ ਬੰਦੇ ਦੀ ਯਾਦ ਹੋਊ ਹਾਂ ਇਸ ਰਾਹ ਗਦਾਮਾਂ ਦੀ ਕੋਈ ਨਾ ਕੋਈ ਕਹਾਣੀ ਕਿ ਮਾਨ ਸਾਹਿਬ ਇੱਥੋਂ ਦੇ ਹੈਗੇ ਜਿਹੜੇ ਤੁਹਾਡੇ ਹੈ ਨਾ ਨਾਲ ਹੀ ਰਹਿੰਦੇ ਆ ਹਾਂਜੀ ਅਤੇ ਕੀ ਨਾਮ ਕੀ ਹੈ ਬਾਈ ਜੀ ਤੁਹਾਡਾ ਆਪਣਾ ਗੁਰਧਿਆਨ ਸਿੰਘ ਜੀ ਅੱਛਾ ਗੁਰਧਿਆਨ ਜੀ ਹੈ ਹਾਂਜੀ ਕਿਸ ਤਰ੍ਹਾਂ ਦਾ ਪਹਿਲਾਂ ਲੱਗਦਾ ਸੀਗਾ ਕਿ ਇਸ ਤਰ੍ਹਾਂ ਨਾਮੀ ਬਣ ਜਾਣਗੇ ਕਲਾਕਾਰ ਐਡੇ ਵੱਡੇ ਨਹੀਂ ਜੀ ਅਸੀਂ ਕਦੋਂ ਖੇਤੋਂ ਆਉਂਦੇ ਹਾਂ ਮਹੀਆਂ ਚਾਰ ਕੇ ਅਤੇ ਲੱਕੜ ਦੀ ਕੁਰਸੀ ਹੁੰਦੀ ਸੀ ਉਹਦੇ ਕੋਲ ਪੁਰਾਣੀ ਆਪਣੇ ਘਰੋਂ ਇੱਥੋਂ ਨਹੁਰੇ ਚੱਕ ਕੇ ਲੈ ਜਾਂਦਾ ਸੀ ਅਤੇ ਇੱਕ ਉਹਦੇ ਕੋਲ ਥਾਲੀ ਹੁੰਦੀ ਸੀ ਆਹ ਵੱਡੇ ਪੈਡ ਆਪਣੇ ਮਗਰਲੇ ਪਾਸੇ ਉਹ ਥਾਲੀ ਵਜਾਈ ਜਾਂਦਾ ਸਾਥੋਂ ਇੱਕ ਕਿਹੜਾ ਟੱਪਾ ਕੋਈ ਗੀਤ ਆਉਂਦਾ ਅਤੇ ਆਪਦੀ ਲੋਹਰ 'ਚ ਲੱਗਿਆ ਰਹਿੰਦਾ ਹੈ ਗੀਤ ਮੰਨ ਲਾ ਸਾਥੋਂ ਇੱਕ ਟੱਪਾ ਸੁਣੀ ਜਾਂਦਾ ਉਹ ਤੋਂ ਬਾਅਦ ਹੌਲੀ ਹੌਲੀ ਪਰਮਾਤਮਾ ਕੰਨਿਓ ਅਤੇ ਕਿਤੇ ਦੀ ਕਿਤੇ ਜਾ ਚੜਿਆ ਉਹ ਹੈਂ ਜੋ ਕਦੋਂ ਮੰਨ ਲਾ ਪਰਮਾਤਮਾ ਕਿੱਥੇ ਲੈ ਕੇ ਜਾਂਦਾ ਬੰਦੇ ਨੂੰ ਕਿਹੜੀ ਮੱਥੇ ਦੀ ਲੀਕ ਆ ਕਿਤੇ ਦੀ ਕਿਤੇ ਬੰਦੇ ਨੂੰ ਲੈ ਜਾਂਦੀ ਆ ਯਾਦ ਕਰਦੇ ਹੋ ਲੱਗਦਾ ਕਿ ਉਹ ਵੀ ਤੁਹਾਨੂੰ ਯਾਦ ਕਰਦੇ ਹੋਣੇ ਜਿੰਨੇ ਵੀ ਸਾਰੇ ਚਲੋ ਹਾਂ ਆਉਂਦੇ ਆ ਕਦੋਂ ਇੱਥੇ ਟੱਕਰ ਕੇ ਜਾਂਦੇ ਆ ਹਾਂ ਅਸੀਂ ਚਾਚੇ ਹੀ ਲੱਗਦੇ ਹਾਂ ਉਹਦੇ ਹਾਂ ਕਹਿੰਦੇ ਹੁੰਦੇ ਕਿ ਜਦੋਂ ਛੋਟੀ ਥਾਂ 'ਤੇ ਹੋਵੇ ਉਦੋਂ ਸੁਭਾਅ ਹੋਰ ਹੁੰਦਾ ਜਾਂ ਫਿਰ ਜਦੋਂ ਆਪਾਂ ਕੋਈ ਵੱਡੇ ਕਲਾਕਾਰ ਬਣ ਜਾਂਦੇ ਹਾਂ ਉਦੋਂ ਫਿਰ ਜਿਹੜੇ ਆਪਣੇ ਪਹਿਲਾਂ ਵਾਲੇ ਯਾਰ ਦੋਸਤ ਸਾਰੇ ਹੁੰਦੇ ਰਿਸ਼ਤੇਦਾਰ ਉਹ ਭੁੱਲ ਜਾਂਦੇ ਰਿਸ਼ਤੇ ਜਿਹੜੇ ਲੱਗਦਾ ਤੁਹਾਨੂੰ ਕੋਈ ਗੁਰਦਾਸਮਾਨ 'ਚ ਬਦਲਾਅ ਨਹੀਂ ਜੀ ਨਹੀਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਵਧੀਆ ਟੱਕਰ ਦਾ ਪਿੰਡ 'ਚ ਆਉਂਦਾ ਵਧੀਆ ਟੱਕਰ ਕੇ ਜਾਂਦਾ ਹਾਂ ਇੱਥੇ ਖੂਹ 'ਤੇ ਨਾ ਬਹੁਤ ਜ਼ਿਆਦਾ ਆਉਂਦਾ ਪੁਰਾਣਾ ਘਰ ਆ ਮਗਰਲੇ ਪਾਸੇ ਇੱਥੇ ਗਲੀ 'ਚ ਉੱਥੇ ਹੀ ਆ ਬਹੁਤ ਸਾਰੇ ਟੱਕਰ ਕੇ ਜਾਂਦਾ ਵਧੀਆ ਕੋਈ ਇਹੋ ਜਿਹੀ ਕਿਹੜਾ ਗਾਣਾ ਜਿਹੜਾ ਮਸ਼ਹੂਰ ਹੋਇਆ ਸੀਗਾ ਉਹਨਾਂ ਦਾ ਉਹ ਕਹਿੰਦੇ ਕਿ ਦਿਲ ਦਾ ਮਾਮਲਾ ਜਿਹੜਾ ਜਦੋਂ ਆਇਆ ਸੀ ਹੈ ਨਾ 1980 ਹਾਂਜੀ ਹਾਂਜੀ ਗੁਰਦਾਸ ਮਾਨ ਦਾ ਜੀ ਗੀਤ ਬਹੁਤ ਵਧੀਆ ਸੀ ਉਹ ਹਾਂ ਅਸਲ ਆ ਜੀ ਅੱਡੋ ਅੱਡੀ ਮੰਨ ਲਓ ਬੰਦਿਆਂ ਦਾ ਹੁੰਦਾ ਆਪਾਂ ਨੂੰ ਕਿਹੜਾ ਗੀਤ ਆ ਉਹਦਾ ਗੱਲ ਚਾਂਦੀ ਦੇ ਰੁਪਈਏ ਨੂੰ ਠਣ ਕੇ ਉਹ ਗੀਤ ਜਦਿਆ ਸੀ ਮੇਰੇ ਨਾਲ ਸਾਰੇ ਕਿਹੜੇ ਉਹ 'ਚ ਅਰਥ ਸੀ ਗੀਤ 'ਚ ਸਾਰੇ ਅਰਥ ਗੀਤ 'ਚ ਉਹ 'ਚ ਆ ਹਾਂ ਖਾਸ ਜੀ ਗੱਲ ਯਾਦ ਹੈ ਜਦੋਂ ਛੋਟੇ ਹੁੰਦੇ ਕੋਈ ਹੋਈ ਹੋਵੇ ਉਹ ਜੀ ਜਿਹਦੇ 'ਚ ਆਪਾਂ ਇੱਕ ਗੱਲ ਯਾਦ ਆਪਣੇ ਨਾਲ ਮੰਨ ਲਾ ਵੀ ਉਹਨੂੰ ਸ਼ੌਂਕ ਦਾ ਗਾਉਣ ਦਾ ਸੀਗਾ ਅਤੇ ਘਰਦੇ ਉਹਦਾ ਦਾਦਾ ਆਉਂਦੇ ਕੰਜਰਾਂ ਤੋਂ ਨਾ ਗਾ ਵੀ ਭੈੜਾ ਲੱਗਦਾ ਉਹ ਬੁੱਢਿਆਂ ਨੂੰ ਭੈੜਾ ਲੱਗਦਾ ਸੀ ਅਤੇ ਆਹ ਨਹੁਰਾ ਹੁੰਦਾ ਸੀ ਉਹਨਾਂ ਦਾ ਅਤੇ ਆਹ ਇਸ ਪਾਸੇ ਘਰ ਸੀਗਾ ਅਤੇ ਅਸੀਂ ਇੱਥੇ ਖੂਹ 'ਤੇ ਖੇਡੀ ਜਾਂਦੇ ਸਾਂ ਇੱਥੇ ਛੋਟੇ ਛੋਟੇ ਹੁੰਦੇ ਸਾਂ ਅਤੇ ਉਹਨੇ ਕਦੋਂ ਇੱਥੋਂ ਲੀੜੇ ਪਾ ਲਏ ਆਪਣੇ ਸਾਧਾਂ ਲਈ ਅਤੇ ਘਰ ਜਾ ਕੇ ਅਤੇ ਕਦੋਂ ਖੈਰ ਮੰਗੀ ਮਾਤਾ ਜੀ ਖੈਰ ਪਾਓ ਤਾਂ ਉਹ ਮੰਨ ਲਾ ਵੀ ਉਹਦੀ ਮਾਤਾ ਕਦੋਂ ਖੈਰ ਪਾਉਣ ਲੱਗੀ ਆ ਕਿ ਮਾਤਾ ਜੀ ਤੁਹਾਡੀ ਆ ਕਿ ਮੈਂ ਖੁੱਲ੍ਹੀ ਫਿਰਦੀ ਹਾਂ ਨਹੁਰੇ 'ਚ ਅਤੇ ਮੈਂ ਖੋਲ੍ਹ ਕੇ ਗਿਆ ਸੀ ਆਪ ਹੀ ਖੋਲ੍ਹ ਕੇ ਗਿਆ ਸੀ ਅਤੇ ਕਦੋਂ ਉਹਨੇ ਆਖਿਆ ਮੈਂ ਖੁੱਲ੍ਹੀ ਫਿਰਦੀ ਆ ਅਤੇ ਕਦੋਂ ਆਏ ਨਹੁਰੇ 'ਚ ਮੈਂ ਵੇਖੀ ਵੀ ਇਹ ਸਾਧ ਜਾਨੀਆਂ ਨਾ ਉਦੋਂ ਗਾਂਹ ਟੱਪ ਕੇ ਤਾਂ ਪਤਾ ਲੱਗਿਆ ਵੀ ਇਹ ਆਪਣਾ ਹੀ ਆ ਹਾਂ ਫਿਰ ਉਹ ਮੰਨ ਲਾ ਵੀ ਉਹਨਾਂ ਨੇ ਕਹਿ ਤਾ ਪਰਿਵਾਰ ਨੇ ਵੀ ਤੂੰ ਜਾ ਗਾ ਫਿਰ ਨਹੀਂ ਰੋਕਦੇ ਤੈਨੂੰ ਫਿਰ ਪਤਾ ਲੱਗ ਗਿਆ ਕਿ ਧਿਆਨ ਹੀ ਉੱਧਰ ਧਿਆਨ ਹੀ ਉੱਧਰ ਆ ਵੀ ਖੇਤੀਬਾੜੀ ਕਿੰਨੀ ਧਿਆਨ ਹੈ ਨਹੀਂ ਵੀ ਗਾਉਂਡ 'ਚ ਹੀ ਧਿਆਨ ਇਹਦਾ ਗੁਰਦਾਸ ਮਾਨ ਜੀ ਦੇ ਚਾਚੇ ਦੇ ਬੇਟੇ ਵੀ ਸਾਡੇ ਨਾਲ ਮੌਜੂਦ ਹੈ ਪੇਸ਼ੇ ਤੋਂ ਵਕੀਲ ਹੈ ਇੱਥੇ ਗਿੱਦੜਵਾਈ ਹੈਗੇ ਗੁਰਮੀਤ ਮਾਨ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਦੇ ਬਚਪਨ ਦੇ ਨਾਲ ਜਿਹੜੀਆਂ ਹੈਗੀਆਂ ਜੁੜੀਆਂ ਅਹਿਮ ਗੱਲਾਂ ਜਿਹੜੀਆਂ ਕੀ ਰਹੀਆਂ ਹੈਗੀਆਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹੌਲੀ ਹੌਲੀ ਬਾਬਾ ਦੇ ਵਿੱਚ ਹੈ ਸਰ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੱਥੇ ਆਏ ਟਾਈਮ ਕੱਢਿਆ ਮਾਨ ਸਾਹਿਬ ਦੇ ਨਾਲ ਜੁੜੀਆਂ ਕਈ ਗੱਲਾਂ ਹੈਗੀਆਂ ਜਿਹੜੀਆਂ ਲੋਕ ਨਹੀਂ ਜਾਣਦੇ ਜਾਂ ਫਿਰ ਕੁਝ ਗੱਲਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ 'ਤੇ ਜਿਹੜੀਆਂ ਇਸ ਤਰ੍ਹਾਂ ਘੁੰਮਦੀਆਂ ਰਹਿੰਦੀਆਂ ਹੈਗੀਆਂ
की कोई ਉਹ ਜੀ ਗੱਲ ਹੈ ਕਿ ਜਿਹੜੀ ਅੱਜ ਤੱਕ ਜਿਹੜੀ ਲੋਕਾਂ ਤੱਕ ਨਹੀਂ ਪਹੁੰਚ ਸਕੀ ਬਾਈ ਗੁਰਦਾਸ ਦੀ ਨਾ ਇਹ ਆਦਤ ਹੀ ਹੈ ਵੀ ਇੱਕ ਤਾਂ ਬੜਾ ਉਹ ਆਪਦੇ ਆਪ ਨੂੰ ਇਹ ਨਹੀਂ ਕਹਿੰਦਾ ਵੀ ਮੈਂ ਸ਼ੋਸ਼ਾ ਕਰਾਂ ਜਾਂ ਕਿ ਬਾਹਰ ਇਹੋ ਜਿਹੀ ਗੱਲ ਹੋਵੇ ਸੋ ਗੱਲਾਂ ਉਹਦੀਆਂ ਬਹੁਤ ਹੈਗੀਆਂ ਪਰ ਉਹ ਨਹੀਂ ਕਿਸੇ ਕੋਲ ਜ਼ਿਆਦਾ ਕਿਉਂਕਿ ਸ਼ੁਰੂ ਦਾ ਬੜਾ ਨਿੱਕਾ ਹੁੰਦਾ ਇੱਕ ਤਾਂ ਪਤਲਾ ਬਹੁਤ ਸੀ ਬਹੁਤ ਡੱਕੇ ਵਰਗਾ ਪਤਲਾ ਪੂਰਾ ਬਰੀਕ ਸਾਰਿਆਂ ਨੂੰ ਕਹਿੰਦੇ ਸੀ ਕੁਛ ਖਾਂਦਾ ਨਹੀਂ ਪੀਂਦਾ ਨਹੀਂ ਕਮਜ਼ੋਰ ਬਹੁਤ ਸੀ ਸ਼ਰਾਰਤੀ ਬਹੁਤ ਸੀ ਸ਼ੁਰੂ ਦਾ ਹੀ ਨਿੱਕਾ ਹੁੰਦਾ ਜੀ ਅਤੇ ਸਾਡੀ ਵੱਡੀ ਦਾਦੀ ਇਹਨੂੰ ਬਥੇਰਾ ਇਹਨੂੰ ਕੁੱਟਮਾਰ ਕਰਦੀ ਇਹਨੂੰ ਵੀ ਤੂੰ ਖਾ ਪੀ ਲੈ ਕੁਛ ਜੇ ਕੁਛ ਇਹਨੂੰ ਖਾਣ ਨੂੰ ਦਿੰਦੇ ਵੀ ਆਹ ਖਾ ਲਾ ਅਤੇ ਖਾਂਦਾ ਖਾਂਦਾ ਪੋਪਲਾ ਬਣਾ ਕੇ ਰੋਟੀ ਦਾ ਅਤੇ ਬਾਹਰ ਨੂੰ ਭੱਜ ਜਾਂਦਾ ਸੀ ਅਤੇ ਫਿਰ ਬਾਹਰੋਂ ਆ ਕੇ ਅਤੇ ਅੱਧੀ ਕੁ ਖਾ ਕੇ ਅੱਧੀ ਕੁ ਖਲ ਦੀ ਬੁਰੀ 'ਚ ਲੁਕੋ ਜਾਂਦਾ ਸੀ ਜਾਂ ਵੜੇਵਾਂ ਦੀ ਬੁਰੀ 'ਚ ਲੁਕੋ ਹੁੰਦਾ ਸੀ ਉਹ ਵਜੋਂ ਸ਼ਾਮ ਨੂੰ ਦਾਦੀ ਵੜੇਵਾਂ ਨੂੰ ਪਸ਼ੂਆਂ ਨੂੰ ਪਾਉਂਦੇ ਆਪਣਾ ਚਾਰਾ ਪਾਉਂਦੇ ਜਾਂ ਪੱਠੇ ਪਾਉਂਦੇ ਤਾਂ ਵਿੱਚੋਂ ਰੋਟੀ ਅੱਧੀ ਨਿਕਲ ਆਉਂਦੀ ਫਿਰ ਇਹਦੇ ਕੁੱਟ ਪੈਂਦੀ ਵੀ ਤੂੰ ਰੋਟੀ ਨਹੀਂ ਖਾਂਦਾ ਪਲਾਨ ਲਗਾਦਾ ਸ਼ੋ ਸ਼ਰਾਰਤੀ ਦਾ ਸ਼ੁਰੂ ਦਾ ਹੀ ਸੀਗਾ ਜੀ ਹਾਂਜੀ ਇਹ ਵੀ ਲੋਕਾਂ ਦੱਸੇ ਕਬੱਡੀ ਵੀ ਜਿਹੜਾ ਹੈਗਾ ਕਰਦੇ ਰਹਿੰਦੇ ਸੀ ਕਬੱਡੀ ਖਿਡਾਰੀ ਦਾ ਸ਼ੁਰੂ ਦਾ ਸੀ ਇਹ ਕਬੱਡੀ ਉਹਨੇ ਇੱਥੇ ਆ ਕੇ ਸਾਡੇ 1977 ਦੇ ਵਿੱਚ 76-77 ਜਿਹਨੇ ਸਾਰਿਆਂ ਨਾਲੋਂ ਪਹਿਲਾਂ ਕਬੱਡੀ ਸ਼ੁਰੂ ਕਰਾਈ ਪਟਿਆਲੇ ਤੋਂ ਆ ਕੇ ਅਤੇ ਗਿੱਦੜਬਾਹ ਦੀ ਟੀਮ ਮੇਰੇ ਖਿਆਲ ਹੈ ਸਾਰੇ ਆਸੇ ਪਾਸੋਂ ਪੰਜਾਬ 'ਚੋਂ ਮੰਨੀ ਪਰਮੰਨੀ ਟੀਮ ਸੀ ਇੰਨੇ ਵਧੀਆ ਦਾ ਪੇਚ ਉਹ ਸਿਖਾਉਂਦਾ ਪਿੰਡਾਂ 'ਚ ਲੈ ਜਾਂਦਾ ਸਾਨੂੰ ਉੱਥੇ ਉਹਨੇ ਸਿਖਾਉਣੀ ਕਬੱਡੀ ਫਿਰ ਇਹ ਵਿੱਚ ਕੁਸ਼ਤੀਆਂ ਕਰਾ ਦਿੰਦਾ ਸੀ ਮਤਲਬ ਕਿ ਆਸੇ ਪਾਸੇ ਪਿੰਡਾਂ ਦੇ ਵਿੱਚ ਝੰਡੀ ਬੰਨਦਾ ਸੀ ਵੀ ਆ ਜਾਓ ਜਿਹਨੇ ਗਿੱਦੜਬਾਹੀ ਟੀਮ ਨਾਲ ਜਿਹਨੇ ਇੱਕ ਆਪਣਾ ਕਬੱਡੀ ਖੇਡ ਅੱਜ ਵੀ ਇੱਕ ਝੰਡੀ ਬੰਨੀ ਹੋਈ ਹੈ ਗਾਇਕੀ ਦੇ ਵਿੱਚ ਉਹਦੇ 'ਚ ਵੀ ਦਾ ਪੇਚ ਜਿਹੜੇ ਬਹੁਤ ਵੱਡੇ ਉਹ ਤਾਂ ਫਿਰ ਸਾਰੇ ਉਹਦੇ ਕੋਲ ਹੈਗੇ ਹੀ ਹੈ ਠੀਕ ਹੈ ਨਾ ਪੁਰਾਣੇ ਦਾ ਪੇਚ ਉਹਨੇ ਕਿਉਂਕਿ ਨਿੱਕੇ ਹੁੰਦੇ ਨੇ ਉਹਨੇ ਗੁਣਗੁਣਾਉਣ ਦੀ ਬਜਾਤ ਸੀ ਖੇਤ ਜਾਣਾ ਇਹਨੇ ਖੇਤ ਵੱਟ 'ਤੇ ਬਹਿ ਜਾਣਾ ਡਰਨਾ ਕੱਢਿਆ ਹੋਣਾ ਉੱਥੇ ਜਾ ਕੇ ਪੀਪਾ ਪਿਆ ਹੋਣਾ ਜਾਂ ਕੋਈ ਹੋਰ ਚੀਜ਼ ਪਈ ਹੋਣੀ ਉਹਨੂੰ ਖੜਕਾ ਕੇ ਲਾਉਣ ਗਾਉਣ ਸ਼ੁਰੂ ਤੋਂ ਹੀ ਮਤਲਬ ਇਸ ਤਰ੍ਹਾਂ ਸੀ ਕਿ ਕੁਦਰਤੀ ਤੌਰ 'ਤੇ ਜਿਹੜੀਆਂ ਹਰਕਤਾਂ ਵੀ ਜਿਹੜੀਆਂ ਉਹ ਜਿਹੀਆਂ ਸੀ ਕਿ ਜਿਹੜਾ ਗਾਇਕੀ ਵੱਲ ਬਿਲਕੁਲ ਜਮਾ ਸ਼ੁਰੂ ਦੀਆਂ ਇੱਦਾਂ ਸੀ ਉਹ ਗੁਣਗੁਣਾਉਣਾ ਰਹਿਣਾ ਹਰ ਵੇਲੇ ਟਪ ਟਪਾ ਰਹਿਣਾ ਮਤਲਬ ਖੇਡਾਂ ਨਾ ਅਤੇ ਗਾਉਣਾ ਉਹਦਾ ਪੂਰਾ ਸ਼ੁਰੂ ਦਾ ਸ਼ੌਂਕ ਸੀਗਾ ਹੁੰਦੀ ਰਹਿੰਦੀ ਤੁਹਾਡੀ ਗੱਲਬਾਤ ਹਾਂ ਬਸ ਚੱਲਦਾ ਰਹਿੰਦਾ ਫਿਰ ਪੁਰਾਣੀਆਂ ਗੱਲਾਂ ਬਹਿ ਕੇ ਜਾਂ ਸ਼ੁਰੂ ਤੋਂ ਕਰ ਲੈਂਦੇ ਹਾਂ ਬਹੁਤ ਚੱਲਦੀਆਂ ਫਿਰ ਇਹ ਨਹੀਂ ਹੁੰਦਾ ਕਿ ਲੱਗਦਾ ਹੁੰਦਾ ਕਿ ਯਾਰ ਉਹ ਪਿੱਛੇ ਕਈ ਸਾਲ ਪਿੱਛੇ ਚਲੇ ਗਏ ਨਾ ਨਾ ਭਰਾ ਬਾਈ ਕਹਿੰਦਾ ਯਾਰ ਫਲਾਨੀ ਸੁਣਾਓ ਜਿਹੜੇ ਪੁਰਾਣੇ ਕਿਸਾਨੀ ਦੇ ਜਿਹੜੇ ਸੰਦ ਹੁੰਦੇ ਆ ਉਹ ਸੰਦਾਂ ਬਾਰੇ ਉਹਨੂੰ ਬਹੁਤ ਜ਼ਿਆਦਾ ਹੈ ਜਿਹੜੇ ਪੁਰਾਣਾ ਜੱਫਾ ਪੁਰਾਣਾ ਤਿਰਲੀ ਬਲਦਾਂ ਦੀ ਪੰਜਾਲੀ ਆਹ ਗੱਡੇ ਥੋੜ ਉਹਨੂੰ ਮਤਲਬ ਕਿ ਇੱਕ ਇੱਕ ਚੀਜ਼ ਦਾ ਪਤਾ ਹੈ ਪੁਰਾਣੇ ਜਿਹੜੇ ਸੱਭਿਆਚਾਰ ਬਾਰੇ ਵੀ ਕੀ ਕਿਸ ਤਰ੍ਹਾਂ ਦਾ ਹੈਗਾ ਸਰ ਇਸੇ ਕਰਕੇ ਸੱਭਿਆਚਾਰ ਨੂੰ ਜ਼ਿਆਦਾ ਜਿਹੜਾ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਆਪਦੇ ਗਾਇਕੀ ਦੇ ਵਿੱਚ ਕਿਉਂਕਿ ਲੱਚਰ ਤਾਂ ਉਹਨੇ ਗਾਇਆ ਹੀ ਨਹੀਂ ਬਿਲਕੁਲ ਸ਼ੁਰੂ 'ਚ ਸਾਰਾ ਉਹਨੇ ਇੱਦਾਂ ਦਾ ਹੀ ਗਾਇਆ ਬਾਕੀ ਜਿਹਦੇ ਨਾਲ ਵੀ ਉਹਨੇ ਲਾਈ ਹੈ ਹੱਸ ਕੇ ਨਿਭਾਈ ਹੈ ਤੋੜੀ ਤਾਂ ਕਿਸੇ ਨਾਲ ਹੈ ਹੀ ਨਹੀਂ ਵਿਗਾੜੀ ਤਾਂ ਕਿਸੇ ਨਾਲ ਹੈ ਹੀ ਨਹੀਂ ਹੁਣ ਸਾਡੇ ਸ਼ਹਿਰ 'ਚ ਵੀ ਇੱਥੇ ਪੋਲੀਟੀਕਲ ਪਾਰਟੀਆਂ ਕਿੰਨੀਆਂ ਰਹਿੰਦੀਆਂ ਦੋ ਦੋ ਤਿੰਨ ਪਾਰਟੀਆਂ ਹੁੰਦੀਆਂ ਸੀਗੀਆਂ ਇਹਨੂੰ ਕਹਿ ਦਿੰਦੇ ਸੀ ਆਹ ਇਲੈਕਸ਼ਨ ਲੜਨਾ ਕਹਿੰਦਾ ਨਾ ਬਿਲਕੁਲ ਨਾ ਕੋਈ ਇਲੈਕਸ਼ਨ ਦੇ ਨੇੜੇ ਨਾ ਕੋਈ ਗਾਣਾ ਵੀ ਜੇ ਲਾਈਏ ਤਾਂ ਤੋੜ ਨਿਭਾਈ ਹੈ ਹਾਂ ਪੂਰਾ ਜਮਾਂ ਉੱਦਾਂ ਹੀ ਉਹਦਾ ਸਾਰਾ ਸ਼ੁਰੂ ਦਾ ਹੀ ਇਸ ਦਾ ਨਿੱਕ ਬੱਚ ਛੱਪੜ ਸੀਗਾ ਸਾਡਾ ਨੱਥ ਵਾਲਾ ਕੂ ਉਹ ਤਾਂ ਬਹਿ ਜਾਣਾ ਸ਼ਰਾਰਤਾਂ ਕਰਨੀਆਂ ਸ਼ਰਾਰਤਾਂ ਬੜੀਆਂ ਕਰਦਾ ਸੀ ਅਤੇ ਬੜੇ ਪੁਰਾਣੇ ਗੀਤ ਕਾਫੀ ਗੀਤ ਜਿਹੜੇ ਹਜੇ ਤੱਕ ਰਿਕਾਰਡ ਵੀ ਨਹੀਂ ਹੋਏ ਕਾਰਨ ਉਹਨਾਂ ਦਾ ਉਹ ਐਂ ਆ ਬਸ ਉਹ ਹਾਸੀ ਮਜ਼ਾਕ ਵਾਲੇ ਸੀ ਸਾਡੇ ਪਿੰਡ ਘਰਾਂ ਕੋਲ ਇੱਕ ਬਾਬਾ ਪਾਲੀ ਹੁੰਦਾ ਸੀ ਉਹ ਆਪਣੇ ਗਾਲਾਂ ਬੜੀਆਂ ਕੱਢਦਾ ਸੀ ਅਤੇ ਉਹ ਫਿਰ ਉਹਦੇ ਗਾਣਾ ਬਣਾਤਾ ਅਤੇ ਉਹ ਝੋਟੀ ਪਸ਼ੂ ਭੱਜ ਕੇ ਆ ਜਾਂਦੇ ਸੀ ਰੋਟੀ ਝੋਟੀ ਸੰਗਲ ਤੜਾ ਕੇ ਭੱਜ ਆਈ ਮੋੜੀ ਬਾਬਾ ਡਾਂਗ ਵਾਲਿਆ ਬੜੇ ਪੁਰਾਣੇ ਉਹ ਫਿਰ ਜਿਹੜੇ ਟਾਈਮ ਦੇ ਜਿਹੜੇ ਸੀਗੇ ਜਿਹੜੀਆਂ ਗੱਲਾਂ ਹੈਗੀਆਂ ਉਹਨੂੰ ਗਾਇਕੀ 'ਚ ਤਾਂ ਲਿਖ ਜ਼ਰੂਰ ਲਿਆ ਲੇਕਿਨ ਕੀਤਾ ਨਹੀਂ ਜਾ ਸਕਾ ਲੋਕਾਂ ਨਾ ਉਹ ਵੱਡੇ ਬਜ਼ੁਰਗਾਂ ਨਾਲ ਛੇੜਛਾੜ ਵਾਲੇ ਮਜ਼ਾਕੀਆ ਵਾਲੇ ਇਹਦੇ ਗੀਤ ਸੀ ਫਿਰ ਉਸ ਕਰਕੇ ਉਹ ਉੱਦਾਂ ਹੀ ਉਹਦਾ ਚੱਲੀ ਜਾਂਦਾ ਸਾਰਾ ਕੁਛ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਟਾਈਮ ਦੇਣ ਦਾ ਠੀਕ ਹੈ ਸਰ ਤੁਹਾਨੂੰ ਪਿੰਡ ਦਾ ਗੇੜਾ ਜਿਹੜਾ ਹੈਗਾ ਕਿ ਨਾਮੀ ਗਾਇਕਾਂ ਦੇ ਜਿਹੜੇ ਪਿੰਡ ਹੈਗੇ ਜਾਂ ਸ਼ਹਿਰ ਦੇ ਜਿੱਥੇ ਉਹ ਜੰਮੇ ਪਲੇ ਹੈਗੇ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਅਹਿਮ ਸਾਲ ਜਿਹੜੇ ਉੱਥੇ ਜੁੜੇ ਰਹੇ ਆ ਉਹਨਾਂ ਦੇ ਬਾਰੇ ਤੁਹਾਨੂੰ ਅਸੀਂ ਇਸੇ ਪ੍ਰੋਗਰਾਮ ਦੇ ਤਹਿਤ ਲੈ ਕੇ ਆਏ ਹਾਂ ਹੋਰ ਅੱਗੇ ਵੀ ਅਸੀਂ ਲੈ ਕੇ ਆਵਾਂਗੇ ਕਿ ਹੋਰ ਕਿਹੜੇ ਗਾਇਕ ਜਿਹੜੇ ਹੈਗੇ ਉਹਨਾਂ ਦੇ ਪਿੰਡਾਂ 'ਚ ਵੀ ਚੱਲਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤੁਸੀਂ ਲਾਈਕ ਸ਼ੇਅਰ ਅਤੇ ਆਪਣੇ ਕਮੈਂਟਸ ਜ਼ਰੂਰ ਸਾਨੂੰ ਦੱਸੇ ਤਾਂ ਜੋ ਕੋਈ ਵੀ ਕਮੀ ਜਾਂ ਫਿਰ ਚੰਗੀ ਗੱਲ ਜਿਹੜੀ ਤੁਹਾਨੂੰ ਲੱਗੇ ਅਸੀਂ ਅੱਗੇ ਤੋਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਇਹਦੇ ਇਸੇ ਵੀਡੀਓ ਤੋਂ ਬਾਅਦ ਤੁਹਾਡੇ ਨਾਲ ਹੋਰ ਵੀਡੀਓਜ਼ ਲੈ ਕੇ ਆਵਾਂਗੇ ਉਦੋਂ ਤੱਕ ਮੈਨੂੰ ਅਤੇ ਮੇਰੇ ਸਹਿਯੋਗੀ ਸੰਦੀਪ ਸੁਖਲ ਨੂੰ ਦਿਓ ਇਜਾਜ਼ਤ ਧੰਨਵਾਦ